ਬੱਦਲੀ ਬਣ ਸਾਗਰ ਤੇ ਵਰਦੀ ਫੁੱਲ ਬਣ ਕੰਡਿਆਂ ਤੇ ਚੜਦੀ ਏ ਫੁੱਲ ਬਣ ਕੰਡਿਆਂ ਤੇ ਚੜਦੀ ਏ ਤੈਨੂੰ ਆਪਣੇ ਬੇਗਾਨੇ ਲੱਗਦੇ ਨੇ ਆਪਣੇ ਵੀ ਕਾਫੀ ਜਣਿਆਂ ਨੇ ਕਿਹਾ ਕਿ ਮੇਰੇ ਜਿਹੜੀ ਫੋਨ ਤੇ ਫੋਟੋ ਲੱਗੀ ਆ ਬਾਬਾ ਸਾਬਰ ਕੁਟੀ ਸਾਹਿਬ ਦੀ ਤੇ ਉਹਨੂੰ ਦੇਖ ਕੇ ਵੀ ਕਈ ਕਹਿੰਦੇ ਭਾਜੀ ਤੁਹਾਡੀ ਸ਼ਕਲ ਉਦਾਂ ਦੀ ਬਟ ਉਹਨਾਂ ਵਰਗਾ ਵੜਨਾ ਤਾਂ ਬੜੀ ਬਹੁਤ ਦੂਰ ਦੀ ਗੱਲ ਆ ਮੁਸ਼ਕਿਲ ਆ ਬਹੁਤ ਪਤਾ ਨਹੀਂ ਸਾਡੀ ਕੀ ਕੀਮਤ ਪਾਵੇਂ ਜਿਨ੍ਹਾਂ ਆਪਣੇ ਆਪ ਨੂੰ ਜਾਣ ਲਿਆ ਉਹ ਜੱਗ ਤੋਂ ਜੁਦਾ ਹੋ ਜਾਂਦੇ ਨੇ ਜਿਨ੍ਹਾਂ ਮੁਰਸ਼ਿਦ ਨੂੰ ਰੱਬ ਜਾਣ ਲਿਆ ਉਹ ਬੰਦਿਓਂ ਖੁਦਾ ਹੋ ਜਾਂਦੇ ਨੇ ਕਿਉਂਕਿ ਉਹਨਾਂ ਨੇ ਵੀ ਆਪਣੇ ਗੁਰੂ ਦੀ ਆਪਣੇ ਫਕੀਰਾਂ ਦੀ ਪੀਰਾਂ ਦੀ ਸੇਵਾ ਕੀਤੀ ਆ ਔਰ ਅੱਜ ਉਹਨਾਂ ਨੂੰ ਲੋਕ ਰੱਬ ਮੰਨਦੇ ਅਸੀਂ ਰੱਬ ਮੰਨਦੇ ਆ ਕਿਉਂਕਿ ਅਸੀਂ ਉਹਨਾਂ ਤੋਂ ਬਹੁਤ ਕੁਝ ਸਿੱਖਿਆ ਆ ਔਰ ਸਿੱਖਦੇ ਪਏ ਆ ਉਹਨਾਂ ਨੂੰ ਸੁਣ ਸੁਣ ਕੇ ਫਿਰ ਟਹਿਰ ਵਾਲੇ ਤੇਜਿੰਦਰ ਦੀ ਕਿਸੇ ਕਲਾਕਾਰ ਬੈਠੇ ਸੀ ਉਹ ਕਹਿੰਦੇ ਵੀ ਜੇ ਗਾਇਕੀ ਸਿੱਖਣੀ ਹੈ ਕਹਿੰਦੇ ਸਾਬਰ ਕੋਟੀ ਜੀ ਨੂੰ ਸੁਣ ਲਓ ਜਾਂ ਸਰਦੂਲ ਸੁਖਿੰਦਰ ਭਾਈ ਨੂੰ ਇਹ ਗੱਲ ਸੱਚ ਹੈ ਬਿਲਕੁਲ ਸੱਚ ਹੈ ਜੀ ਬਿਲਕੁਲ ਸੱਚ ਹੈ ਉਹਨਾਂ ਨੇ ਦੁਨੀਆਂ ਨੂੰ ਸਿਖਾਇਆ ਆ ਸੁਰ ਕੀ ਚੀਜ਼ ਆ ਕਿਉਂਕਿ ਉਹ ਫਕੀਰ ਗਾਇਕ ਹੋਇਆ ਉਹਨਾਂ ਨੂੰ ਫਕੀਰਾਂ ਦੀ ਉਹ ਰੂਹ ਸੀਗੇ ਫਕੀਰਾਂ ਦੀ ਖਰਾਕ ਸੀਗੇ ਐਸ ਐਸੇ ਦਰਬਾਰਾਂ ਤੇ ਉਹਨਾਂ ਨੇ ਗਾਇਆ ਔਰ ਐਸ ਐਸੇ ਫਕੀਰਾਂ ਨੂੰ ਉਹਨਾਂ ਨੇ ਸੁਣਾਇਆ ਆ ਗਾਣਾ ਬਜਾਣਾ ਔਰ ਉਹਨਾਂ ਤੇ ਫਕੀਰਾਂ ਦੀ ਕਿਰਪਾ ਵੀ ਸੀਗੀ ਸਟੇਜਾਂ ਵਗੈਰਾ ਮੈਂ ਬਹੁਤ ਸੁਣੀ ਆ ਲਾਈਵ ਤੇ ਜਿਵੇਂ ਕਿਤੇ ਮੇਲਾ ਹੋਣਾ ਮੈਂ ਜਾ ਕੇ ਬਹਿ ਜਾਣਾ ਪਹਿਲਾਂ ਹੀ ਮੋਹਰੇ ਬਹਿ ਜਾਣਾ ਬਸ ਉਹਨਾਂ ਦਾ ਅੰਦਾਜ਼ ਦੇਖਣਾ ਗਾਣਾ ਵੀ ਕਿਵੇਂ ਕਰਦੇ ਨੇ ਸਟੇਜ ਤੇ ਪਰਫਾਰਮ ਬਿਲਕੁਲ ਜੀ ਬਿਲਕੁਲ ਹਾਂ ਤੇ ਬੜਾ ਮਾਣ ਹੁੰਦਾ ਸੀਗਾ ਉਹਨਾਂ ਤੇ ਕਿ ਹਨਾ ਕਿੰਨਾ ਚੰਗਾ ਲੱਗਦਾ ਸੁਣਨ ਨੂੰ ਹਾਂ ਸਕੂਨ ਮਿਲਦਾ ਹੁੰਦਾ ਸੀ ਸਕੂਨ ਹੀ ਆ ਹਾਂ ਜੀ ਹੁਣ ਅੱਜ ਕੱਲ ਦੇ ਗਾਣਿਆਂ ਚ ਸਕੂਨ ਹੈ ਨਹੀਂ ਦੇ ਸਾਥੀ ਮਿੱਤਰ ਵੀ ਹੋਣਗੇ ਕਈ ਫਰੈਂਡ ਸਰਕਲ ਉਹ ਟਰਟ ਤੋਂ ਸੁਣਦੇ ਨੇ ਗਾਣੇ ਕਹਿੰਦੇ ਹੋਣਗੇ ਵੀ ਯਾਰ ਹੁਣ ਥੋੜਾ ਜਿਹਾ ਬੋਰ ਹੋ ਗਿਆ ਨੇ ਆ ਜ਼ਿੰਦਗੀ ਤੋਂ ਤੰਗ ਆ ਕਹਿੰਦੇ ਵੀ ਕਹਿੰਦੇ ਹੋਣਗੇ ਕੱਲ੍ਹ ਨੂੰ ਕੋਈ ਗਾਣਾ ਸੁਣਾ ਦੇ ਮੇਰੇ ਜਿਹੜੇ ਫਰੈਂਡ ਆ ਬੜਾ ਪਿਆਰ ਕਰਦੇ ਆ ਤਾਂ ਮੈਂ ਉਹਨਾਂ ਨੂੰ ਇੱਕ ਬੋਲਤੇ ਮੈਂ ਉਹਨਾਂ ਨੂੰ ਜਿਹੜਾ ਵੀ ਗਾਣਾ ਕਹਿੰਦੇ ਆ ਮੈਂ ਸੁਣਾ ਦੇ ਦਿੰਦਾ ਆ ਕੀ ਬਾਤ ਹੈ ਮੇਰੇ ਮੇਰੇ ਫੋਨ 'ਚ ਅੱਜ ਵੀ ਰਿਕਾਰਡਿੰਗ ਆਇਆ ਕੋਈ ਕਹਿੰਦਾ ਆ ਗਾਣਾ गा ਕੇ ਭੇਜੋ ਆ ਗਾਣਾ गा ਕੇ ਭੇਜੋ ਤਾਂ ਮੈਂ WhatsApp ਨੋਟਸ ਜਿਹੜਾ ਮੈਂ ਭੇਜ ਦਿੰਦਾ ਹਾਂ ਮੈਂ गा ਕੇ ਹਾਂਜੀ ਮੈਂ ਆਪਣੀ ਗੱਲ ਕਰਾਂ ਮੈਂ ਵੀ ਕੋਸ਼ਿਸ਼ ਕਰਦਾ ਹਾਂ ਬਟ ਜਦੋਂ ਕਿਤੇ ਨਵੇਂ ਮਿਊਜ਼ਿਕ ਟਰੈਕਟਰ ਕੋਲ ਜਾਂਦਾ ਹੈ ਨਾ ਤੇ ਜੇ ਸੁਣਾਈਦਾ ਹੈ ਕਿਸੇ ਨੂੰ ਵਿਆਹ ਪਾਜੀ ਗਾਣਾ ਆਪਾਂ ਕਰਨਾ ਉਹ ਕਹਿੰਦੇ ਯਾਰ ਛੱਡੋ ਯਾਰ ਇਦਾਂ ਦੇ ਗਾਣੇ ਹੁਣ ਕਿੱਥੇ ਇਹਨਾਂ ਦਾ ਸਮਾਂ ਨਹੀਂ ਰਹਿ ਗਿਆ ਕੁਝ ਅੱਜ ਕੱਲ ਦਾ ਕਰੋ ਹੁਣ ਅਸੀਂ ਕਿੱਦਾਂ ਕਰਦੀ ਅੱਜ ਕੱਲ ਦਾ ਸਾਡੇ ਪਿੱਛੇ ਜਿਹੜੀ ਏਡੀ ਵੱਡੀ ਮੂਹਰ ਆ ਅਸੀਂ ਲੋਕਾਂ ਤੋਂ ਗਾਲਾਂ ਥੋੜੋ ਖਾਣੀ ਆ ਔਰ ਜੁੱਤੀਆਂ ਥੋੜੋ ਖਾਣੀ ਆ ਉਸਤਾਦ ਉਹਨਾਂ ਦੀਆਂ ਹੈ ਨਾ ਤੇ ਉਹਨਾਂ ਨੇ ਕਹਿਣਾ ਵੀ ਸਾਡੇ ਗੁਰੂ ਨੇ ਤਾਂ ਇਦਾਂ ਦਾ ਕਦੀ ਗਾਣਾ ਬਜਾਣਾ ਗਾਇਆ ਨਹੀਂ ਤੂੰ ਕਿਧਰੋਂ ਉੱਠ ਗਿਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗੁਰਪ੍ਰੀਤ ਸਿੰਘ ਬੱਲ ਪੰਜਾਬ ਨਿਊਜ਼ ਦੇਖ ਰਹੇ ਹਾਂ ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਠੀਕ ਠਾਕ ਹੋਵੋਗੇ ਅੱਜ ਦੀ ਜਨਰੇਸ਼ਨ ਦੀ ਗੱਲ ਕਰਾਂ ਮੈਂ ਅੱਜ ਦੇ ਯੂਥ ਦੀ ਗੱਲ ਕਰਾਂ ਤਾਂ ਜ਼ਿਆਦਾਤਰ ਜਿਹੜਾ ਯੂਥ ਹੈ ਉਹ ਅੱਜ ਦੇ ਮਾਡਰਨ ਜ਼ਮਾਨੇ ਨੂੰ ਅਪਣਾਉਂਦਾ ਹੈ ਉਹ ਕਹਿੰਦੇ ਨੇ ਵੀ ਇੱਕ ਉਹ ਜ਼ਮਾਨਾ ਆ ਗਿਆ ਜਦ ਬਲਾਈਤੀ ਕਲਚਰ ਵਿਲਾਈਤੀ ਬਾਣਾ ਵਿਲਾਈਤੀ ਤੌਰ ਤਰੀਕੇ ਅਪਣਾ ਕੇ ਵਿਲਾਈਤੀ ਗਾਣੇ ਸੁਣ ਸੁਣ ਕੇ ਜਿਹੜੇ ਨੇ ਲੋਕ ਜਿਹੜੇ ਨੇ ਅੱਜ ਕੱਲ ਦੇ ਵੱਡੇ ਹੋ ਰਹੇ ਨੇ ਮਾਡਰਨ ਚੀਜ਼ਾਂ ਆ ਗਈਆਂ ਪਰ ਪੁਰਾਣੇ ਟਾਈਮ ਦੇ ਵਿੱਚ ਕੀ ਹੁੰਦਾ ਸੀਗਾ ਜਿਹੜਾ ਪੁਰਾਣਾ ਦੌਰ ਸੀ ਪੁਰਾਣਾ ਯੁੱਗ ਸੀਗਾ ਅੱਜ ਕੱਲ ਤਾਂ ਧੂਮ ਟੜਕੇ ਵਾਲੇ ਗਾਣੇ ਚੱਲਦੇ ਨੇ ਬੇਸ ਕਹਿੰਦੇ ਪੂਰੀ ਛੱਡੀ ਹੋਵੇ ਪੂਰੀ ਮਤਲਬ ਕਿ ਧਮ ਧਮ ਹੁੰਦੀ ਹੋਵੇ ਗੱਡੀ ਦੇ ਵਿੱਚ ਵੀ ਗੱਡੀ ਵੀ ਹਿਲੇ ਪਤਾ ਲੱਗੇ ਵੀ ਕੋਈ ਗਾਣਾ ਚੱਲ ਰਿਹਾ ਪਰ ਇੱਕ ਦੌਰ ਸੀ ਪੁਰਾਣਾ ਦੌਰ ਸੀਗਾ ਜਦ ਇੱਕ ਸੈਡ ਸੌਂਗਾ ਦਾ ਦੌਰ ਸੀਗਾ ਉਹ ਦੌਰ ਇੱਕ ਐਸਾ ਦੌਰ ਆਇਆ ਸੀ ਜਦ ਕਲਾਕਾਰ ਸਿਰਫ ਗਿਣਵੇਂ ਸੀ ਤੇ ਪਰ ਉਹ ਕਲਾਕਾਰਾਂ ਦੀ ਜਿਹੜੀ ਤੂਤੀ ਹੁੰਦੀ ਸੀ ਉਹ ਪੂਰੀ ਬੋਲਦੀ ਹੁੰਦੀ ਸੀ ਇੰਡਸਟਰੀ ਦੇ ਵਿੱਚ ਸੈਡ ਗਾਣੇ ਦੀ ਜਦ ਵੀ ਜ਼ਿਕਰ ਕਰਦਾ ਨਾ ਜਦ ਵੀ ਕੋਈ ਕਲਾਕਾਰ ਕਲਾਕਾਰਾਂ ਨਾਲ ਮਿਲਦੇ ਆ ਅਕਸਰ ਤੇ ਜਦ ਵੀ ਸੈਡ ਗਾਣਿਆਂ ਦਾ ਜ਼ਿਕਰ ਹੁੰਦਾ ਤਾਂ ਇੱਕ ਨਾਮ ਸਭ ਤੋਂ ਉੱਪਰ ਆਉਂਦਾ ਉਹ ਸੀਗਾ ਜਨਾਬ ਸਾਬਰ ਕੋਟੀ ਜੀ ਅੱਜ ਬਿਸ਼ੱਕ ਸਾਡੇ ਕੋਲ ਨਹੀਂ ਹੈਗੇ ਸਾਨੂੰ ਸਦੀਵੀ ਵਿਛੋੜਾ ਦੇ ਗਏ ਪਰ ਉਹਨਾਂ ਦੀਆਂ ਛਾਪ ਉਹਨਾਂ ਦੇ ਸੁਨੇ ਹੋਏ ਗਾਣੇ ਗਾਏ ਹੋਏ ਗਾਣੇ ਜਿਹੜੇ ਨੇ ਅੱਜ ਵੀ ਲੋਕਾਂ ਦੇ ਕੰਨਾਂ ਦੇ ਵਿੱਚ ਵੱਜਦੇ ਨੇ ਅੱਜ ਵੀ ਜੇ ਸੁਣ ਲਈਏ ਤਾਂ ਇੱਕ ਮਹਿਜ ਵਾਸਤੇ ਤਾਂ ਇਹ ਲੱਗਦਾ ਅੱਖਾਂ ਬੰਦ ਕਰਕੇ ਜੇ ਸੁਣੀਏ ਤਾਂ ਇੱਕ ਪਲ ਵਾਸਤੇ ਤਾਂ ਇਦਾਂ ਲੱਗਦਾ ਵੀ ਸ਼ਾਇਦ ਕਿਤੇ ਸਾਹਮਣੇ ਬੈਠੇ ਹੀ ਗਾਰੇ ਹੋਣ ਬਹੁਤ ਘੱਟ ਲੋਕ ਨੇ ਜਿਹੜੇ ਅੱਜ ਵੀ ਉਹਨਾਂ ਦੇ ਗਾਏ ਹੋਏ ਗਾਣਿਆਂ ਨੂੰ ਗਾਉਂਦੇ ਨੇ ਪਰ ਜਦ ਵੀ ਸੁਣਦੇ ਆ ਨਾ ਇੱਕ ਟਾਈਮ ਮਸ਼ੀਨ ਕਹਿ ਲਓ ਕਿ ਟਾਈਮ ਟਰੈਵਲ ਵਾਂਗ ਬੰਦਾ ਪਿੱਛੇ ਚੱਲ ਜਾਂਦਾ ਬੜੀ ਸੋਹਣੀ ਚੀਜ਼ ਲੱਗਦੀ ਹੈ ਮੈਂ ਇਹ ਚੀਜ਼ ਤੁਹਾਨੂੰ ਇਹਸ ਕਰਕੇ ਦੱਸ ਰਿਹਾ ਕਿਉਂਕਿ ਅੱਜ ਦਾ ਦੌਰ ਜਿਹੜਾ ਆ ਉਹ ਬੇਸ ਪਸੰਦ ਦੌਰ ਹੈ ਸੈਡ ਗਾਣਿਆਂ ਨੂੰ ਬਹੁਤ ਘੱਟ ਤਵੱਜੋ ਦਿੱਤੀ ਜਾਂਦੀ ਹੈ ਪਰ ਅੱਜ ਵੀ ਕਵੀ ਕਾਫੀ ਜਿਹੜੇ ਮੈਂ ਕਹਿ ਸਕਦਾ ਨੇ ਯੂਥ ਹੈ ਯੂਥ ਦੇ ਵਿੱਚ ਕੁਝ ਗਿਣਵੇ ਲੋਕ ਨੇ ਜਿਹੜੇ ਉਹਨਾਂ ਗਾਣਿਆਂ ਨੂੰ ਗਾ ਕੇ ਉਹਨਾਂ ਦੀਆਂ ਲਿਖੀਆਂ ਹੋਈਆਂ ਉਹਨਾਂ ਦੇ ਕਈਆਂ ਹੋਈਆਂ ਗੱਲਾਂ ਨੂੰ ਸੁਣ ਕੇ ਵੱਡੇ ਹੁੰਦੇ ਨੇ ਪੂਜਦੇ ਨੇ ਅੱਜ ਮੇਰੇ ਨਾਲ ਬਾਈ ਲਵਨ ਕਲਿਆਣ ਜੀ ਨੇ ਬਾਈ ਜੀ ਬਾਈ ਜੀ ਜੇ ਤਾਂ ਮੈਂ ਤੁਹਾਨੂੰ ਇੱਕ ਜੇ ਲੁੱਕ ਦਿਖਾ ਦੰਦਾ ਤਾ ਇੱਕ ਪਲ ਵਾਸਤੇ ਤਾਂ ਇਦਾਂ ਹੀ ਲੱਗਦਾ ਕਿ ਸ਼ਾਇਦ ਸਾਬਰ ਕੋਟੀ ਜੀ ਹੀ ਨੇ ਲੁੱਕ ਉਹੋ ਜਾਈ ਕਿਤਨਾ ਤਾਣਾ ਬਾਣਾ ਰੱਖਿਆ ਹੋਇਆ ਹੈ ਬਹੁਤ ਵਧੀਆ ਲੱਗਿਆ ਪਰ ਜਦ ਅੱਜ ਅਸੀਂ ਉੱਪਰ ਖੜੇ ਸੀਗੇ ਯਾਰ ਗੱਡੀ ਚੋਂ ਬਾਹਰ ਨਹੀਂ ਉੱtre ਨਾ ਮੈਂ ਆਪਣੇ ਨਾਲ ਦੀ ਟੀਮ ਨੂੰ ਵੀ ਕਿਹਾ ਕਿ ਦੇਖੋ ਲੱਗਦਾ ਇੱਕ ਪਲ ਵਾਸਤੇ ਵੀ ਹਾਂ ਯਾਰ ਵੀ ਸਾਬਰ ਕੋਟੀ ਦਾ ਸ਼ਾਗਿਰਦ ਹੈ ਬਹੁਤ ਮੰਨਦੇ ਨੇ ਤੇ ਬਾ ਕਮਾਲ ਲਗਾਉਂਦੇ ਨੇ ਉਹਨਾਂ ਦੇ ਗਾਣਿਆਂ ਨੂੰ ਮੇਰੇ ਨਾਲ ਹੋਣਗੇ ਅੱਜ ਉਹ ਦੌਰ ਆ ਯਾਦ ਕਰਾਂਗੇ ਉਹਨਾਂ ਦੇ ਨਾਲ ਬਿਤਾਏ ਪਾਲੇ ਯਾਦ ਕਰਾਂਗੇ ਉਹਨਾਂ ਨਾਲ ਮੁਲਾਕਾਤ ਕਿਵੇਂ ਹੋਈ ਕਿਵੇਂ ਸਬਬ ਬਣਿਆ ਸੀ ਮਿਲੰਦਾ ਕਾਫੀ ਇੰਡਸਟਰੀ ਵਾਰੇ ਗੱਲਾਂ ਬਾਤਾਂ ਵੀ ਕਰਾਂਗੇ ਗਾਣੇ ਵੀ ਸੁਣਾਗੇ ਬੜੀ ਚੰਗੀ ਇੰਟਰਵਿਊ ਹੋਣ ਵਾਲੀ ਹੈ ਕਿਉਂਕਿ ਉਹ ਦੌਰ ਯਾਦ ਕਰਾਂਗੇ ਜਦ ਸੈਡ ਗਾਣੇ ਹਰ ਇੱਕ ਦੀ ਜ਼ੁਬਾਨ ਤੇ ਹੁੰਦੇ ਸੀ ਮੇਰੇ ਨਾਲ ਲਵਨ ਕਲਿਆਣ ਜੀ ਨੇ ਵੀਰੇ ਸਤਿ ਸ਼੍ਰੀ ਅਕਾਲ ਠੀਕ ਹਾਂ ਚੜ੍ਹਦੀ ਕਲਾ ਚੋ ਸਤਿ ਸ਼੍ਰੀ ਅਕਾਲ ਪਾਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਠੀਕ ਠਾਕ ਹਾਂ ਚੜ੍ਹਦੀ ਕਲਾ ਚ ਹਾਂਜੀ ਬਿਲਕੁਲ ਜੀ ਸਭ ਤੋਂ ਪਹਿਲਾਂ ਤਾਂ ਇਹ ਕਹਾਂਗਾ ਵੀ ਕੰਮ ਕਰਕੇ ਮੈਂ ਚੱਲ ਰਿਹਾ ਹੁਣ ਮੈਂ ਦੱਸ ਦਵਾਂ ਕਿ ਬ ਉਹਲਾ ਕੈਪ ਚਲਾਉਂਦੇ ਨੇ ਨੇ ਕੈਪ ਟੈਕਸੀ ਡਰਾਈਵਰਸ ਹੁੰਦੇ ਨੇ ਬਾਈ ਉਹਨਾਂ ਦਾ ਕੰਮ ਕਰਦੇ ਨੇ ਕਿਵੇਂ ਚੱਲ ਰਿਹਾ ਬਾਈ ਕੰਮ ਪਾਜੀ ਹੁਣ ਬਹੁਤ ਕਿਰਪਾ ਆ ਮਾਲਕ ਦੀ ਹਾਂ ਦਾਦਾ ਜੀ ਦੀ ਕਿਰਪਾ ਆ ਠੀਕ ਆ ਸਾਰਿਆਂ ਤੇ ਹੋਣੀ ਚਾਹੀਦੀ ਆ ਸਾਰਿਆਂ ਦਾ ਕੰਮ ਚੱਲਣਾ ਚਾਹੀਦਾ ਹਾਂ ਤੇ ਇਸ ਕਰਕੇ ਹੁਣ ਠੀਕ ਆ ਹਾਂਜੀ ਵਧੀਆ ਚਲੋ ਵਧੀਆ ਤੇ ਕਿੰਨਾ ਸਮਾਂ ਹੋ ਗਿਆ ਬਾਈ ਗਾਇਕੀ ਖੇਤਰ ਦੇ ਵਿੱਚ ਆਏ ਨੂੰ ਜਿਵੇਂ ਪਹਿਲੀ ਗੱਲ ਮੈਂ ਦੱਸਿਆ ਕਿ ਤੁਸੀਂ ਬਾਈ ਦੀ ਲੁੱਕ ਦੇਖ ਸਕਦੇ ਹੋ ਕਿ ਉਹੀ ਤਕਰੀਬਨ ਉਹੀ ਲੁੱਕ ਹੈ ਬਾਈ ਇਹ ਬਾਈ ਮਲਕੀ ਉਹੀ ਲੁੱਕ ਮੈਂਟੇਨ ਕਰਕੇ ਰੱਖੀ ਹੈ ਕੀ ਖਾਸ ਕਾਰਨ ਵੀ ਲੋਕ ਤਾਂ ਅੱਜਕੱਲ੍ਹ ਕਈ ਵਾਰ ਨਵੇਂ 스타ਦ ਧਾਰਦੇ ਰਹਿੰਦੇ ਨੇ 스타ਦ ਧਾਰ ਲਿਆ ਜਿਵੇਂ ਆਪਾਂ ਕਿਸੇ ਨੂੰ ਕਹਿੰਦੇ ਵੀ ਯਾਰ ਇਹ ਮੇਰੇ ਵਾਸਤੇ ਆਈਡਲ ਹੈ ਕਹਿ ਦਿੰਦੇ ਨੇ ਪਰ ਉਸ ਚੀਜ਼ ਨੂੰ ਜ਼ਿੰਦਗੀ ਦੇ ਵਿੱਚ ਅਪਣਾਉਣਾ ਬਹੁਤ ਔਖਾ ਹੁੰਦਾ ਕਿਉਂਕਿ ਅੱਜਕੱਲ੍ਹ ਤਾਂ ਲੋਕਾਂ ਦਾ ਟੇਸਟ ਮਿੰਟ ਤੋਂ ਬਾਅਦ ਬਦਲ ਜਾਂਦਾ ਤੁਸੀਂ ਇਹ ਟੇਸਟ ਜਿਹੜਾ ਆ ਉਹ ਪੁਰਾਣਾ ਟੇਸਟ ਸੈਡ Song ਵਾਲਾ ਦੌਰ ਅੱਜ ਵੀ ਅਪਣਾਇਆ ਹੋਇਆ ਸਾਬਰਕੋਟੀ ਜੀ ਵਾਲਾ ਇਹ 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 ਕਿਵੇਂ ਇਹ ਜਿਵੇਂ ਕਸੂਰਦੀ ਬਿਮਾਰੀ ਹੁੰਦੀ ਹੈ ਸੋਰ ਵਾਲੇ ਬੰਦੇ ਨੂੰ ਹੂੰ ਉਹ ਵੀ ਬਿਮਾਰੀ ਆ ਜੀ ਬਟ ਜੇ ਗੱਲ ਕਰਾਂ ਸਾਬਰਕੁਟੀ ਸਾਹਿਬ ਮੇਰੇ ਬਾਬਾ ਗੁਰੂ ਜੀ ਨੇ ਮੇਰੇ ਉਸਤਾਦ ਜੀ ਜਨਾਬ ਰਾਜਨ ਮੱਟੂ ਜੀ ਆ ਜਿਹੜੇ ਉਹਨਾਂ ਦੇ ਸ਼ਾਗਿਰਦ ਆ ਤੇ ਮੈਂ ਉਹਨਾਂ ਤੋਂ ਸਿੱਖਿਆ ਲਈ ਔਰ ਜਿਹੜਾ ਸੁਣਿਆ ਜਾਦਾ ਬਾਬਾ ਜੀ ਸਾਬਰਕੁਟੀ ਸਾਹਿਬ ਨੂੰ ਆ ਗੱਲ ਤਾਂ ਇੱਕੋ ਹੀ ਆ ਤੇ ਇਸ ਕਰਕੇ ਜਦੋਂ ਆਪਾਂ ਗੁਰੂ ਪੀਰ ਵਾਲੇ ਹੋ ਜਾਂਦੇ ਆ ਨਾ ਤਾਂ ਗੁਰੂ ਦਾ ਰੰਗ ਚੜ ਜਾਂਦਾ ਆ ਗੁਰੂ ਦਾ ਜਿਹੜਾ ਰੰਗ ਉਹ ਬਾਕਾਇਦਾ ਬੰਦੇ ਦੇ ਅੰਦਰ ਇੱਕ ਉਹ ਚੀਜ਼ ਬੈ ਜਾਂਦੀ ਆ ਗੁਰੂ ਵਾਲੀ ਹੈਨਾ ਇਸ ਕਰਕੇ ਪਤਾ ਨਹੀਂ ਸ਼ਾਇਦ ਤੁਹਾਨੂੰ ਲੱਗਾ ਆ ਕਾਫੀ ਚਲੋ ਮੈਨੂੰ ਹੋਰ ਵੀ ਕਾਫੀ ਜਾਣਿਆ ਨੇ ਕਿਹਾ ਕਿਉਂਕਿ ਮੇਰੇ ਜਿਹੜੀ ਫੋਨ ਤੇ ਫੋਟੋ ਲੱਗੀ ਆ ਬਾਬਾ ਸਾਬਰ ਕੁਟੀ ਸਾਹਿਬ ਦੀ ਉਹਨੂੰ ਦੇਖ ਕੇ ਵੀ ਕੀ ਕਹ ਦਿੰਦੇ ਭਾਜੀ ਤੁਹਾਡੀ ਸ਼ਕਲ ਉਦਾਂ ਦੀ ਬਟ ਉਹਨਾਂ ਵਰਗਾ ਬਣਨਾ ਤਾਂ ਬੜੀ ਬਹੁਤ ਦੂਰ ਦੀ ਗੱਲ ਆ ਮੁਸ਼ਕਿਲ ਆ ਬਹੁਤ ਜਿਹੜਾ ਦੌਰ ਸੈੱਟ ਕਰਕੇ ਮੈਨੂੰ ਲੱਗਦਾ ਸ਼ਾਇਦ ਅੱਜ ਦੀ ਇੰਡਸਟਰੀ ਦੇ ਵਿੱਚ ਕੋਈ ਉਹ ਸੈੱਟ ਕਰ ਸਕੇ ਕਿਉਂਕਿ ਉਹ ਇੱਕ ਦੌਰ ਸੀ ਜਦ ਵੀ ਮੈਂ ਜ਼ਿਕਰ ਕੀਤਾ ਸਟਾਰਟਿੰਗ ਦੇ ਵਿੱਚ ਇੰਟਰੋਡਕਸ਼ਨ ਦੇ ਵਿੱਚ ਵੀ ਜੇ ਸੈਡ ਗਾਣਿਆਂ ਦਾ ਜ਼ਿਕਰ ਕਰਦੇ ਆ ਤਾਂ ਉਹਨਾਂ ਦਾ ਨਾਮ ਸਭ ਤੋਂ ਉੱਪਰ ਲਿਆ ਜਾਂਦਾ ਪੂਰੀ ਤਵੱਜੂ ਦਿੱਤੀ ਜਾਂਦੀ ਉਹਨਾਂ ਨੂੰ ਜੀ ਬਿਲਕੁਲ ਬਿਲਕੁਲ ਉਹਨਾਂ ਵਰਗਾ ਕੋਈ ਨਹੀਂ ਹੋ ਸਕਦਾ ਇਹ ਕਿਉਂਕਿ ਐਸੇ ਗਵਈਏ ਪਰਮਾਤਮਾ ਦੇ ਬਣਾਏ ਹੁੰਦੇ ਆ ਉਹ ਪਰਮਾਤਮਾ ਬਣਾ ਕੇ ਭੇਜਦਾ ਹਮ ਕਬੀਰਾਂ ਜਬ ਹਮ ਆਏ ਜਗ ਮੇ ਜਗ ਹਸਾ ਹਮ ਰੋਏ ਐਸੀ ਕਰਨੀ ਕਰ ਚੱਲੇ ਹਮ ਹਸੇ ਜਗ ਰੋਏ ਉਹ ਐਸਾ ਕੁਝ ਕਰ ਗਏ ਕਿ ਦੁਨੀਆ ਅੱਜ ਉਹਨਾਂ ਨੂੰ ਰੋਂਦੀ ਆ ਅਸੀਂ ਰੋਣੇ ਆ ਉਹਨਾਂ ਦੇ دیਵਾਨੇ ਜੋੜੇ ਜਿਹੜੇ ਉਹਨਾਂ ਨੂੰ ਚਾਹਣ ਵਾਲੇ ਉਹਨਾਂ ਨੂੰ ਰੋਂਦੇ ਆ ਹਮ ਹਾਂਜੀ ਬਹੁਤ ਅਰਸਾ ਹੋ ਗਿਆ ਹੁਣ ਤਾਂ ਮੈਂ ਕਹਿ ਸਕਦਾ ਕਿ ਜਿਹੜਾ ਵਿਛੋੜਾ ਸੀ 2018 ਦੇ ਵਿੱਚ ਪਿਆ ਉਸ ਤੋਂ ਬਾਅਦ ਕਿਤਨਾ ਕਿਤੇ ਇੰਡਸਟਰੀ ਹਿਲੇ ਚੁੱਕੀ ਸੀ ਕਿਉਂਕਿ ਸਾਰੇ ਇੱਕਦਮ ਮੌਨ ਹੋ ਗਿਆ ਉਸ ਤੋਂ ਬਾਅਦ ਜਨਾਬ ਸਰਦੂਲ ਸਿਕੰਦਰ ਜੀ ਵੀ ਉਹ ਇੱਕ ਐਸਾ ਦੌਰ ਸੀਗਾ ਇਹ ਦੋਨਾਂ ਸ਼ਖਸਾਂ ਨੇ ਸੈੱਟ ਕੀਤਾ ਇਸ ਇੰਡਸਟਰੀ ਦੇ ਵਿੱਚ ਕੀ ਆਪਾਂ ਕਹਿ ਸਕਦੇ ਸੀ ਬੋਰਡ ਸੀਗੇ ਕਲਾਕਾਰਾਂ ਕਿਉਂਕਿ ਕਈ ਕਲਾਕਾਰ ਅੱਜ ਦੀ ਇੰਡਸਟਰੀ ਦੇ ਵਿੱਚ ਮੈਂ ਕਹਿਣਾ ਨਹੀਂ ਚਾਹੂੰਗਾ ਪਰ ਕਈ ਕਲਾਕਾਰ ਐਸੇ ਨੇ ਜਿਹੜੇ ਉਹਨਾਂ ਨੂੰ ਗਾ ਕੇ ਹਿੱਟ ਹੋਏ ਨੇ ਉਹਨਾਂ ਦੇ ਗਾਣੇ ਗਾ ਕੇ ਹਿੱਟ ਹੋਏ ਨੇ ਕਈ ਇੱਕ ਨਾ ਮੈਂ ਮੈਂ ਕਿਸੇ ਕਲਾਕਾਰ ਕੋਲ ਬੈਠੇ ਸੀ ਉਹ ਕਹਿੰਦੇ ਵੀ ਜੇ ਗਾਇਕੀ ਸ ਕਹਿੰਦੇ ਸਾਬਰ ਕੋਟੀ ਜੀ ਨੂੰ ਸੁਣ ਲੋ ਜਾਂ ਸਰਦੂਲ ਸੁਖੰਦਰ ਭਾਈ ਨੂੰ ਇਹ ਗੱਲ ਸੱਚ ਹੈ ਬਿਲਕੁਲ ਸੱਚ ਹੈ ਜੀ ਬਿਲਕੁਲ ਸੱਚ ਆ ਉਹਨਾਂ ਨੇ ਦੁਨੀਆ ਨੂੰ ਸਿਖਾਇਆ ਆ ਸੁਰ ਕੀ ਚੀਜ਼ ਆ ਕਿਉਂਕਿ ਉਹ ਫਕੀਰ ਗਾਇਕ ਹੋਇਆ ਉਹਨਾਂ ਨੂੰ ਫਕੀਰਾਂ ਦੀ ਉਹ ਰੂਹ ਸੀਗੇ ਫਕੀਰਾਂ ਦੀ ਖੁਰਾਕ ਸੀਗੇ ਐਸ ਐਸੇ ਦਰਬਾਰਾਂ ਤੇ ਉਹਨਾਂ ਨੇ ਗਾਇਆ ਔਰ ਐਸ ਐਸੇ ਫਕੀਰਾਂ ਨੂੰ ਉਹਨਾਂ ਨੇ ਸੁਣਾਇਆ ਆ ਗਾਣਾ ਵਜਾਣਾ ਔਰ ਉਹਨਾਂ ਤੇ ਫਕੀਰਾਂ ਦੀ ਕਿਰਪਾ ਵੀ ਸੀਗੀ ਕਿ ਜਿਨ੍ਹਾਂ ਆਪਣੇ ਆਪ ਨੂੰ ਜਾਣ ਲਿਆ ਉਹ ਜੱਗ ਤੋਂ ਜੁਦਾ ਹੋ ਜਾਂਦੇ ਨੇ ਜਿਨ੍ਹਾਂ ਮੁਰਸ਼ਿਦ ਨੂੰ ਰੱਬ ਜਾਣ ਲਿਆ ਉਹ ਬੰਦਿਆਂ ਖੁਦਾ ਹੋ ਜਾਂਦੇ ਨੇ ਕਿਉਂਕਿ ਉਹਨਾਂ ਨੇ ਵੀ ਆਪਣੇ ਗੁਰੂ ਦੀ ਆਪਣੇ ਫਕੀਰਾਂ ਦੀ ਪੀਰਾਂ ਦੀ ਸੇਵਾ ਕੀਤੀ ਆ ਔਰ ਅੱਜ ਉਹਨਾਂ ਨੂੰ ਲੋਕ ਰੱਬ ਮੰਨਦੇ ਅਸੀਂ ਰੱਬ ਮੰਨਦੇ ਆ ਕਿਉਂਕਿ ਅਸੀਂ ਉਹਨਾਂ ਤੋਂ ਬਹੁਤ ਕੁਝ ਸਿੱਖਿਆ ਆ ਔਰ ਸਿੱਖਦੇ ਪਏ ਆ ਉਹਨਾਂ ਨੂੰ ਸੁਣ ਸੁਣ ਕੇ ਜਿਹੜਾ ਕੋਸ਼ਿਸ਼ ਕਰਦੇ ਆ ਚਲੋ ਹੁਣ ਤੁਸੀਂ ਜਿਵੇਂ ਸ਼ੁਰੂਆਤ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਸਾਬਰਕੋਟੀ ਭਾਜੀ ਉਹਨਾਂ ਨੂੰ ਸੁਣ ਸੁਣ ਕੇ ਤੁਸੀਂ ਜਿਹੜਾ ਇੱਥੇ ਤੱਕ ਆਏ ਹੋ ਇਹ ਤੁਸੀਂ ਉਹਨਾਂ ਨੂੰ ਗੁੰਗੁਣਾਉਂਦੇ ਹੋ ਤੁਹਾਡੇ ਬਾਬਾ ਜੀ ਨੇ ਉਹ ਜੀ ਥੋੜ੍ਹ ਤੋਂ ਹੁਣ ਗਾਣਾ ਜ਼ਰੂਰ ਸੁਣਵਾਉਣਾ ਦਾ ਕਿਉਂਕਿ ਦਰਸ਼ਕ ਵੀ ਚਾਹੁੰਦੇ ਹੋਣਗੇ ਫਰਮੈਸ਼ਾਂ ਬਹੁਤ ਹੋਣਗੀਆਂ ਕਿਉਂਕਿ ਸਾਬਰਕੋਟੀ ਜੀ ਤੇ ਜਦ ਵੀ ਸੈਡ Song ਦੀ ਜ਼ਿਕਰ ਕਰੀਏ ਕਿੰਨੇ ਨਿੱਕੇ ਹੰਜੂਆਂ ਦੇ ਵਿੱਚ ਗਮ ਪਾ ਕੇ ਪੀਣਾ ਸਿੱਖ ਲਿਆ ਕਿੱਡੇ ਵੱਡੇ ਵੱਡੇ ਹਿੱਟ ਗਾਣੇ ਸੁਪਰ ਡੁਪਰ ਹਿੱਟ ਗਾਣੇ ਜੀ ਅੱਜ ਵੀ ਸੁਣ ਲਈਏ ਤਾਂ ਮਨ ਨੂੰ ਤਾਜ਼ਾ ਹੋ ਜਾਂਦਾ ਹੁਣ ਤੁਹਾਡੀ ਜ਼ੁਬਾਨੀ ਅਸੀਂ ਜ਼ਰੂਰ ਸੁਣਨਾ ਚਾਹਾਂਗੇ ਦਰਸ਼ਕ ਵੀ ਚਾਹੁੰਦੇ ਨੇ ਕੋਸ਼ਿਸ਼ ਕਰਦਾ ਆ ਬਟ ਗਾਉਣਾ ਉਹਨਾਂ ਨੂੰ ਬੜੀ ਦੂਰ ਦੀ ਗੱਲ ਆ ਕੋਸ਼ਿਸ਼ ਕਰਦਾ ਆ ਸੋ ਗਲਤੀ ਮਾਫ ਕਰਨਾ ਹਨਾ ਜੀ ਬਦਲੀ ਬਣ ਸਾਦਰ ਤੇ ਵਰਦੀ ਫੁੱਲ ਬਣ ਕੰਡ ਫੁੱਲ ਬਣ ਕੰਡਿਆਂ ਤੇ ਚੜਦੀ ਏ ਤੈਨੂੰ ਆਪਣੇ ਬੇਗਾਨੇ ਲੱਗਦੇ ਨੇ ਆਪਣੇ ਬੇਗਾਨੇ ਲੱਗਦੇ ਨੇ ਤੇ ਗਹਿਰਾ ਤੇ ਤੂੰ ਖਫਾ ਨਹੀਂ ਸਾਡੀ ਕੀ ਕੀਮਤ ਪਾਵੇਂਗੀ ਤੈਨੂੰ ਆਪਣੀ ਕੀਮਤ ਪਤਾ ਨਹੀਂ ਸਾਡੀ ਕੀ ਕੀਮਤ ਪਾਵੇਂਗੀ ਤੈਨੂੰ ਆਪਣੀ ਕੀਮਤ ਪਤਾ ਨਹੀਂ ਜਿਹੜੀ ਨਾਲ ਤੂੰ ਸਾਡੇ ਕਰਦੀ ਏ ਦਾ ਹੋਵੇਗਾ ਅਫਸੋਸ ਕਿਤੇ ਤੂੰ ਭਾਲੇਗੀ ਅਸੀਂ ਲੱਭਣਾ ਨਹੀਂ ਖੰਭ ਲਾ ਕੇ ਉੱਡਣੇ ਹੋਸ਼ ਕਿਤੇ ਫਿਰ ਟਹਿਰ ਵਾਲੇ ਤੇ ਜਿੰਦਰ ਦੀ ਟਹਿਰ ਵਾਲੇ ਤੇ ਜਿੰਦਰ ਦੀ ਤੈਨੂੰ ਰੂਚੋਂ ਹੋਣਾ ਨਫਾ ਨਹੀਂ ਸਾਡੀ ਕੀ ਕੀਮਤ ਪਾਵੇਂਗੀ ਤੈਨੂੰ ਆਪਣੀ ਕੀਮਤ ਪਤਾ ਨਹੀਂ ਸਾਡੀ ਕੀ ਕੀਮਤ ਪਾਵੇਂਗੀ ਤੈਨੂੰ ਆਪਣੀ ਕੀਮਤ ਪਤਾ ਨਹੀਂ ਕੀ ਬੜਾ ਲੱਗਦਾ ਭਾਜੀ ਇਹਨਾਂ ਨੂੰ ਗਾਉਂਦੇ ਆ ਨਹੀਂ ਨਹੀਂ ਬਾਈ ਬਾ ਕਮਾਲ ਯਾਰ ਤੁਸੀਂ ਤੁਹਾਡੀ ਗਾਇਕੀ ਵੀ ਕਿਤਨੇ ਕਿਤੇ ਉਹ ਚਲ ਕੇ ਆਇਆ ਉਹ ਦੌਰ ਲੱਗਦਾ ਵੀ ਸੱਚਮੁੱਚ ਦੇ ਵਿੱਚ ਆ ਤੁਸੀਂ ਸੁਣਿਆ ਹੋਇਆ ਉਹਨਾਂ ਨੂੰ ਪੂਰਾ ਕੰਨ ਪੱਕੇ ਹੋਏ ਨੇ ਵੀ ਸੁਣ ਸੁਣ ਕੇ ਉਹੀ ਚੀਜ਼ਾਂ ਉਹੀ ਸੈਂਤ ਚੀਜ਼ਾਂ ਕਿੰਨਾ ਸਮਾਂ ਹੋ ਗਿਆ ਭਾਜੀ ਤੁਹਾਨੂੰ ਗਾਉਂਦੇ ਨੂੰ ਇਸ ਮਤਲਬ ਕਿ ਦੇਖਿਆ ਜਾਵੇ ਤਾਂ ਤੁਸੀਂ ਤੁਹਾਨੂੰ ਗੁੰਗੁਣਾਉਂਦੇ ਨੂੰ ਇਹਨਾਂ ਨੂੰ ਗਾਇਕੀ ਕਦੋਂ ਸ਼ੁਰੂ ਕੀਤੀ ਮੈਨੂੰ 13 ਸਾਲ ਹੀ ਹੋ ਗਏ 13 ਸਾਲ ਦਾ ਸੀਗਾ ਔਰ ਅ ਸਤੋਰੀ ਆ 2021 ਚੱਲਦਾ ਨਾ ਹਾਂ 13 ਸਾਲ ਦਾ ਸੀ ਜਦੋਂ ਮੈਂ ਗਾਣਾ ਸ਼ੁਰੂ ਕੀਤਾ ਹੈ ਸ਼ੁਰੂ ਕੀਤਾ ਹਾਂ ਜੀ ਤੇ ਇਸ ਕਰਕੇ ਚੰਗਾ ਗਾਣਾ ਬਜਾਣਾ ਸੋਣਿਆ ਆ ਸਰਦੂਲ ਜੀ ਹੈ ਨਾ ਅ ਬਾਬਾ ਜੀ ਜਨਾਬ ਸਾਬਰਕੁਟੀ ਸਾਹਿਬ ਚੰਗੇ ਗਬਈਏ ਸਲੀਮ ਜੀ 마ਸ਼ਾ ਅਲੀ ਭਾਜੀ ਹੁਣੇ ਸਾਰਿਆਂ ਨੂੰ ਅੱਜ ਵੀ ਸੁਣਦੇ ਆ ਬਹੁਤ ਅੱਛੇ ਕੀ ਬਾਤ ਨਹੀਂ ਅੱਛਾ ਕੋਈ ਐਸੇ ਮਾਣਾ ਉਹਨਾਂ ਤੇ ਮੈਨੂੰ ਕਿ ਉਹਨਾਂ ਨੇ ਆਪਣੀ ਇੱਕ ਜਿਹੜੀ ਹੈ ਨਾ ਸੁਰ ਵਾਲੀ ਜਿਹੜੀ ਟੀਮ ਇੱਕ ਉਹ ਸਾਮ੍ਹ ਕੇ ਰੱਖੀ ਹੋਈ ਆ ਕਿਉਂਕਿ ਅੱਜ ਕੱਲ ਦਾ ਤੁਹਾਨੂੰ ਪਤਾ ਹੀ ਆ ਬਾਕੀ ਗਾਣਾ ਬਜਾਣਾ ਕਿੱਧਰ ਨੂੰ ਤੁਰੀ ਜਾਂਦਾ ਹੈ ਤੇ ਮੈਨੂੰ ਬੜਾ ਮਾਣ ਹੁੰਦਾ ਆ ਕਿ ਇਦਾਂ ਹੀ ਅਸੀਂ ਵੀ ਇਹੀ ਕੋਸ਼ਿਸ਼ ਕਰਦੇ ਆ ਕਿ ਅੱਗੇ ਹੋਰ ਜ਼ਿਆਦਾ ਅਸੀਂ ਵਧੀਆ ਕੋਸ਼ਿਸ਼ ਕਰੀਏ ਕਿ ਦੁਨੀਆ ਨੂੰ ਦੱਸੀਏ ਕਿ ਹਨਾ ਗਾਣਾ ਬਜਾਣਾ ਹੈ ਆ ਚੀਜ਼ ਆ ਹਾਂ ਅੱਛਾ ਕਈ ਪਲ ਐਸੇ ਵੀ ਹੋਣਗੇ ਜਿਹੜੇ ਸਾਬਰਕੋਟੀ ਭਾਜੀ ਉਹਨਾਂ ਨਾਲ ਤੁਸੀਂ ਬਿਤਾਏ ਹੋਣਗੇ ਉਹਨਾਂ ਨੂੰ ਮਿਲੇ ਹੋ ਮਿਲੇ ਸੀ ਕਿੰਨੇ ਕ ਵਾਰ ਤੁਸੀਂ ਉਹਨਾਂ ਨਾਲ ਗੱਲਬਾਤ ਕੀਤੀ ਹੈ ਹਾਂਜੀ ਕਾਫੀ ਵਾਰ ਮਿਲੇ ਆ ਪਰ ਡਰ ਵੀ ਲੱਗਦਾ ਸੀ ਜਦੋਂ ਮੈਂ ਆਪਣੇ ਗੁਰੂ ਜੀ ਨਾਲ ਜਾਂਦਾ ਹੁੰਦਾ ਸੀ ਉਸਤਾਦ ਜਨਾਬ ਰਾਜਨ ਮੱਤੂ ਜੀ ਮੇਰੇ ਗੁਰੂ ਜੀ ਨੇ ਤੇ ਉਹਨਾਂ ਦੇ ਨਾਲ ਜਾਂਦਾ ਹੁੰਦਾ ਸੀ ਬਾਬਾ ਜੀ ਕੋਲ ਤੇ ਡਰ ਵੀ ਲੱਗਦਾ ਸੀਗਾ ਕਿਉਂਕਿ ਤੁਹਾਨੂੰ ਪਤਾ ਹੈ ਐਸੇ ਫਕੀਰ ਗਾਇਕ ਹੋਏ ਆ ਤੇ ਡਰ ਲੱਗਣਾ ਹੀ ਆ ਤੇ ਅਸੀਂ ਤਾਂ ਬਹੁਤ ਦੂਰ ਦੇ ਬੱਚੇ ਆ ਅਸੀਂ ਤਾਂ ਹਨਾ ਜੀ ਉਹਨਾਂ ਦੇ ਬੱਚਿਆਂ ਦੇ ਵੀ ਬੱਚੇ ਆ ਤੇ ਬਟ ਉਹਨਾਂ ਨੂੰ ਜਿਹੜੀਆਂ ਉਹਨਾਂ ਦੀਆਂ ਸਟੇਜਾਂ ਵਗੈਰਾ ਮੈਂ ਬਹੁਤ ਸੁਣੀ ਆ ਲਾਈਵ ਤੇ ਜਿਵੇਂ ਕਿਤੇ ਮੇਲਾ ਹੋਣਾ ਮੈਂ ਜਾ ਕੇ ਬਹਿ ਜਾਣਾ ਪਹਿਲਾਂ ਹੀ ਮੋਹਰੇ ਬਹਿ ਜਾਣਾ ਬਸ ਉਹਨਾਂ ਦਾ ਅੰਦਾਜ਼ ਦੇਖਣਾ ਗਾਣਾ ਵੀ ਕਿਵੇਂ ਕਰਦੇ ਨੇ ਸਟੇਜ ਤੇ ਪਰਫਾਰਮ ਬਿਲਕੁਲ ਜੀ ਬਿਲਕੁਲ ਹਾਂ ਤੇ ਬੜਾ ਮਾਣ ਹੁੰਦਾ ਸੀਗਾ ਉਹਨਾਂ ਤੇ ਕਿ ਹਨਾ ਕਿੰਨਾ ਚੰਗਾ ਲੱਗਦਾ ਸੁਣਨ ਨੂੰ ਹਾਂ ਸਕੂਨ ਮਿਲਦਾ ਹੁੰਦਾ ਸੀ ਸਕੂਨ ਨਹੀਂ ਆਗੇ ਹਾਂਜੀ ਹੁਣ ਅੱਜ ਕੱਲ ਦੇ ਗਾਣਿਆਂ ਚ ਸਕੂਨ ਹੈ ਨਹੀਂ ਹਾਂ ਤੇ ਪਤਾ ਨਹੀਂ ਲੱਗਦਾ ਕਿਦੰਨ ਆਪਣੇ ਉਹਨਾਂ ਉਹਨਾਂ ਦੇ ਜਨਾਬ ਸਾਬਰ ਕੋਟੀ ਜੀ ਸਾਹਮਣੇ ਕਦੇ ਗਾਉਣ ਦਾ ਮੌਕਾ ਮਿਲਿਆ ਤੁਹਾਨੂੰ ਉਹਨਾਂ ਨੂੰ ਆਵਾਜ਼ ਸੁਣਾਉਣ ਦਾ ਮੌਕਾ ਮਿਲਿਆ ਸੀਗਾ ਨਹੀਂ ਮੌਕਾ ਨਹੀਂ ਮਿਲਿਆ ਜੀ ਕਿਉਂਕਿ ਡਰ ਲੱਗਦਾ ਸੀਗਾ ਜੀ ਮੌਕਾ ਤਾਂ ਬੜੀ ਦੂਰ ਦੀ ਸੀ ਗੱਲ ਬੜੀ ਦਿਲ ਤਾਂ ਕਰਦਾ ਹੁੰਦਾ ਸੀ ਪਰ ਸੁਣਾਈਏ ਪਰ ਡਰ ਵੀ ਲੱਗਦਾ ਸੀ ਇਸ ਕਰਕੇ ਜਿਹੜਾ ਉਹ ਸਮਾਂ ਨਿਕਲ ਗਿਆ ਤੇ ਬਟ ਕਦੀ ਸੋਚਿਆ ਨਹੀਂ ਸੀ ਬੇ ਇਦਾਂ ਹੋ ਜਾਊਗਾ ਤੇ ਚਲੋ ਸੋਚਿਆ ਸੀ ਹੌਲੀ ਹੌਲੀ ਹਨਾ ਸੁਣਾਵਾਂਗੇ ਪਰ ਉਹ ਸਮਾਂ ਨਹੀਂ ਕਿਸਮਤ ਦੇ ਵਿੱਚ ਹੋਇਆ ਅੱਛਾ ਮੈਂ ਜਿਵੇਂ ਮੈਂ ਗਲਤ ਨਹੀਂ ਹੋਵਾਂ ਤੁਸੀਂ ਕਾਫੀ ਕਲਾਕਾਰਾਂ ਨਾਲ ਪਿੱਛੇ ਜਿਵੇਂ ਤੁਸੀਂ ਜ਼ਿਕਰ ਵੀ ਕੀਤਾ ਸੀਗਾ ਤੁਸੀਂ ਗਾ ਵੀ ਚੁੱਕੇ ਹੋ ਕੋਰਸ ਤੇ ਵੀ ਜਾ ਚੁੱਕੇ ਹੋ ਹੁਣ ਮਿਲਕੀ ਕੀ ਲੱਗਦਾ ਵੀ ਅੱਜ ਦੀ ਇੰਡਸਟਰੀ ਨੂੰ ਦੇਖ ਕੇ ਅੱਜ ਦੇ ਗਾਣਿਆਂ ਨੂੰ ਦੇਖ ਕੇ ਕਿ ਕੀ ਉਹ ਦੌਰ ਜਿਹੜਾ ਸੀਗਾ ਸੈਡ ਸੌਂਗਾ ਦਾ ਇੱਕ ਪੁਰਾਣਾ ਦੌਰ ਸੀਗਾ ਕੀ ਉਹ ਦੌਰ ਦੁਬਾਰਾ ਆ ਸਕਦਾ ਹੈ ਕਿ ਜਿਵੇਂ ਕਿ ਹੁਣ ਤਾਂ ਖਾਸ ਕਰਕੇ ਪਹਿਰਾਵੇ ਦੇ ਵਿੱਚ ਮੈਂ ਦੇਖਿਆ ਬੂਟ ਕੱਟ ਜੀ ਨਾ ਪਾਉਂਦੇ ਨੇ ਖੁੱਲੀਆਂ ਡੁੱਲੀਆਂ ਪਹਿਲਾਂ ਹੁੰਦੀਆਂ ਸੀਗੀਆਂ ਯਾਨੀ ਕਿਤਨੇ ਕਿਤੇ ਲੋਕ ਕਹਿੰਦੇ ਨੇ ਕਹਿੰਦੇ ਪੁਰਾਣੀਆਂ ਚੀਜ਼ਾਂ ਦੁਬਾਰਾ ਆ ਰਹੀਆਂ ਨੇ ਪੁਰਾਣੀਆਂ ਚੀਜ਼ਾਂ ਪਰ ਕੀ ਲੱਗਦਾ ਵੀ ਉਹ ਪੁਰਾਣੇ ਗਾਣੇ ਵੀ ਦੁਬਾਰਾ ਆਉਣਗੇ ਉਹ ਪੁਰਾਣੇ ਗਾਇਕ ਵੀ ਦੁਬਾਰਾ ਬਣਨਗੇ ਮੁਸ਼ਕਿਲ ਲੱਗਦਾ ਹੈ ਬਟ ਜੇ ਗਵਈਆਂ ਦੀ ਇਹ ਡਿਊਟੀ ਹੋਵੇ ਕਿ ਅਸੀਂ ਉਹ ਦੌਰ ਲੈ ਕੇ ਆਈਏ ਕਲਾਕਾਰਾਂ ਦੀ ਅੱਜਕੱਲ ਜਿਹੜੇ ਕਲਾਕਾਰ ਆ ਉਹਨਾਂ ਦੀ ਜੇ ਉਹ ਚਾਹਣ ਹੂੰ ਤਾਂ ਉਹ ਦੌਰ ਲੈ ਕੇ ਆ ਸਕਦੇ ਆ ਕਿਉਂਕਿ ਅੱਜ ਕੱਲ ਦੀ ਜਨਰੇਸ਼ਨ ਜਿਹੜੀ ਅ ਇਦਾਂ ਦੇ ਗਾਣੇ ਬਜਾਣੇ ਨੂੰ ਲੱਗੀ ਆ ਤੁਹਾਨੂੰ ਪਤਾ ਹੀ ਹੈ ਹਨਾ ਤੇ ਜਿੱਦਾਂ ਦਾ ਅੱਜ ਕੱਲ ਚੱਲੀ ਜਾਂਦਾ ਆ ਤੇ ਕੋਸ਼ਿਸ਼ ਆਪਾਂ ਕਰ ਸਕਦੇ ਆ ਹੂੰ ਸਾਰੇ ਸਿੰਨੇ ਜਿੰਨੇ ਵੀ ਸਾਰੇ ਸਿੰਗਰ ਆਪਣੀ ਪੰਜਾਬੀ ਇੰਡਸਟਰੀ ਦੇ ਵਿੱਚ ਕੋਸ਼ਿਸ਼ ਕਰ ਸਕਦੇ ਆ ਕਿ ਉਸ ਗਾਣੇ ਨੂੰ ਚੰਗਾ ਗਾਣਾ ਬਜਾਣਾ ਕਰੀ ਪਰ ਨਹੀਂ ਕਲਾਕਾਰ ਅ ਅੱਜ ਕੱਲ ਦੀ ਦੁਨੀਆ ਮਗਰ ਲੱਗੇ ਆ ਔਰ ਉਦਾਂ ਦਾ ਗਾਣਾ ਬਜਾਣਾ ਵੀ ਨਹੀਂ ਕੋਈ ਕਰ ਸਕਦਾ ਜਿੱਦਾਂ ਤਾਂ ਕਰ ਗਏ ਆ ਫਕੀਰ ਗਾਇਕ ਉਦੋਂ ਦਾ ਕਰ ਗਏ ਆ ਤੇ ਉਦੋਂ ਦਾ ਕਰ ਵੀ ਨਹੀਂ ਸਕਦੇ ਬਹੁਤ ਦੂਰ ਦੀ ਗੱਲ ਅਸੀਂ ਨਹੀਂ ਕਰ ਸਕਦੇ ਤੇ ਉਹਨਾਂ ਨੇ ਕੀ ਕਰ ਲੈਣਾ ਪਰ ਕੀ ਲੱਗਦਾ ਵੀ ਅੱਜ ਕੱਲ ਦਾ ਜਿਹੜਾ ਯੂਥ ਹੈ ਜਾਂ ਅੱਜ ਕੱਲ ਦੇ ਮੇਰੇ ਵਰਗੇ ਜਿਹੜੇ ਨੌਜਵਾਨ ਨੇ ਜਿਹੜੇ ਗਾਣੇ ਸੁਣਦੇ ਨੇ ਜ਼ਿਆਦਾਤਰ ਫ੍ਰੀ ਵੇਲੇ ਟਾਈਮ ਦੇ ਵਿੱਚ ਕਹਿੰਦੇ ਸੰਗੀਤ ਕਿ ਐਸੀ ਚੀਜ਼ ਆ ਰੱਬ ਨੂੰ ਮਨਾਉਣਾ ਹੋਵੇ ਰੁੱਸੇ ਰੱਬ ਨੂੰ ਮਨਾਉਣਾ ਹੋਵੇ ਤਾਂ ਸੰਗੀਤ ਕਿ ਐਸੀ ਚੀਜ਼ ਆ ਜਿਹੜੀ ਸਭ ਤੋਂ ਕੋਲੇ ਮੰਨੀ ਜਾਂਦੀ ਹੈ ਕੀ ਲੱਗਦਾ ਵੀ ਸਾਡੇ ਸਰੋਤੇ ਹੁਣ ਉਹ ਚੀਜ਼ਾਂ ਸੁਣਦੇ ਨੇ ਯਾਨੀ ਇਹ ਜਿਹੜੀ ਜਿਵੇਂ ਤੁਸੀਂ ਹੁਣ ਸਾਬਰ ਕੋਟੀ ਸਾਹਿਬ ਨੂੰ ਗਾ ਰਹੇ ਹੋ ਜਨਾਬ ਸਰਦੂਲ ਸਿਕੰਦਰ ਜੀ ਹੋਏ ਨੇ ਕਿੱਡੇ ਵੱਡੇ ਵੱਡੇ ਨਾਮ ਨੇ ਹੰਸਰਾ ਹੰਸਨੀ ਜਿਨ੍ਹਾਂ ਨੇ ਜਿਨ੍ਹਾਂ ਨੇ ਐਸੀ ਗਾਇਕੀ ਕੀਤੀ ਸੀ ਵੀ ਲੋਕਾਂ ਦੇ ਦਿਲਾਂ ਦੇ ਵਿੱਚ ਰਾਜ ਕੀਤਾ ਸੀਗਾ ਕੀ ਲੱਗਦਾ ਵੀ ਲੋਕ ਅੱਜ ਕੱਲ ਉਹ ਦੁਆਰਾ ਉਹ ਗਾਇਕੀ ਸੁਣਦੇ ਨੇ ਅੱਜ ਦੇ ਟਾਈਮ ਦੇ ਵਿੱਚ ਉਹ ਗਾਣਿਆਂ ਨੂੰ ਸੁਣਦੇ ਨੇ ਜਿਵੇਂ ਤੁਸੀਂ ਸੁਣਦੇ ਹੋ ਮੈਨੂੰ ਨਹੀਂ ਲੱਗਦਾ ਕਿ ਅੱਜ ਕੱਲ ਦੇ ਜਿਹੜੇ ਬੱਚੇ ਸੁਣਦੇ ਆ ਪਰ ਹਾਂ ਜਿਹੜੇ ਬੱਚੇ ਸੁਰ ਨੂੰ ਪਿਆਰ ਕਰਦੇ ਆ ਜਿਹੜੇ ਅੱਛਾ ਗਾਣਾ ਬਜਾਣਾ ਸ਼ੌਂਕ ਰੱਖਦੇ ਆ ਉਹ ਜ਼ਰੂਰ ਸੁਣਦੇ ਹੋਣਗੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਸਾਰਿਆਂ ਨੂੰ ਸੁਣਨਾ ਚਾਹੀਦਾ ਇੱਕ ਵਾਰੀ ਸੁਣ ਕੇ ਦੇਖੋ ਕਿੰਨਾ ਸਕੂਨ ਮਿਲਦਾ ਹੈ ਨਾ ਕਿੰਨਾ ਆਰਾਮ ਮਿਲਦਾ ਗਾਣਾ ਬਜਾਣਾ ਸੁਣ ਕੇ ਇੱਕ ਇਹ ਸੁਰ ਜਿਹੜਾ ਨਾ ਇੱਕ ਪ੍ਰਮਾਤਮਾ ਆ ਬਾਬਾ ਜੀ ਕਹਿੰਦੇ ਹੁੰਦੇ ਸੀ ਜੇ ਕਿਸੇ ਨੇ ਰੱਬ ਨੂੰ ਪਾਣਾ ਨਾ ਸੁਰ ਦੀ ਸੇਵਾ ਕਰ ਲੋ ਰਿਆਜ਼ ਕਰ ਲੋ ਦਬ ਕੇ ਐਸੀ ਸੇਵਾ ਕਰ ਲੋ ਕਿ ਰੱਬ ਪਾ ਪੈ ਜਾਂਦਾ ਆ ਰੱਬ ਆਪਾਂ ਪਾ ਸਕਦੇ ਹਾਂ ਉਹਨਾਂ ਨੇ ਰੱਬ ਨੂੰ ਪਾਇਆ ਸੀ ਉਹਨਾਂ ਨੇ ਸੇਵਾ ਕੀਤੀ ਆਪਣੀ ਮੁਰਸ਼ਿਦ ਦੀ ਸੇਵਾ ਕੀਤੀ ਤੇ ਅੱਛਾ ਕੋਈ ਕੋਈ ਇੱਕ ਗਾਣਾ ਹੁਣ ਕਿਉਂਕਿ ਆਪਾਂ ਗੱਲਾਂ ਬਾਤਾਂ ਵੀ ਕਰਦੇ ਰਹਾਂਗੇ ਕੋਈ ਇੱਕ ਗਾਣਾ ਜਿਹੜਾ ਤੁਸੀਂ ਸਬਰ ਭਾਜੀ ਉਹਨਾਂ ਦਾ ਅਕਸਰ ਗਾਉਂਦੇ ਹੋਵੋਗੇ ਛੋਟੇ ਹੁੰਦੇ ਤੋਂ 13 ਸਾਲ ਦੀ ਉਮਰ ਤੋਂ ਜਿਹੜਾ ਕੋਈ ਗਾਣਾ ਐਸਾ ਹੁੰਦਾ ਹੋਵੇ ਜਿਹੜਾ ਤੁਹਾਡਾ ਫੇਵਰਟ ਰਿਹਾ ਹੋਵੇ ਸਬਰ ਭਾਜੀ ਉਹਨਾਂ ਦਾ ਐਕਚੁਅਲੀ ਫੇਵਰਟ ਤਾਂ ਸਾਰੇ ਹੀ ਆ ਚਾਹੇ ਉਹ ਬੀਟ ਗਾਣਾ ਲਾ ਲਓ ਚਾਹੇ ਉਹ ਸੈਡ ਲਾ ਲਓ ਚਾਹੇ ਉਹ ਸੂਫੀ ਲਾ ਲਓ ਹੈਨਾ ਜਿਹੜਾ ਮੈਨੂੰ ਜ਼ਿਆਦਾ ਪਸੰਦ ਆ ਕਿਉਂਕਿ ਮੈਂ ਉਹਨਾਂ ਨੂੰ ਜਿਸ ਰੂਪ ਚ ਦੇਖਦਾ ਆ ਮੈਨੂੰ ਜਿਹੜਾ ਗਾਣਾ ਪਸੰਦ ਆ ਉਹ ਗਾਣਾ ਉਹ ਅਕਸਰ ਗਾਇਆ ਕਰਦੇ ਨੇ Sufi ਕਲਾਮ ਆ ਮੈਂ ਤੇਰੇ ਕੁਰਬਾਨ ਵਿੜੇ ਆ ਬੜ ਮੇਰੇ ਕਿਉਂਕਿ ਉਹ ਗਾਣਾ ਮੈਂ ਹਮੇਸ਼ਾ ਮੇਰੇ ਦਿਲ ਦੇ ਕਰੀਬ ਆ ਕਿਉਂਕਿ ਮੈਂ ਉਸੇ ਜ਼ਰੀਏ ਦੇ ਨਾਲ ਉਹਨਾਂ ਨੂੰ ਉਹ ਗਾਣਾ ਮੈਂ ਡੈਡੀਕੇਟ ਕਰਦਾ ਐ ਔਰ ਮੈਂ ਸੁਣਦਾ ਉਸ ਜਰੀਏ ਦੇ ਨਾਲ ਕਿਉਂਕਿ ਉਹ ਮੇਰੇ ਲਈ ਰੱਬ ਨੇ ਕਿਆ ਬਾਤ ਤੇ ਮੈਂ ਕੋਸ਼ਿਸ਼ ਕਰਦਾ ਐ اے ਤਨ ਮੇਰਾ ਚਸ਼ਮਾ ਹੋਵੇ ਤੇ ਮੈਂ মুর্ਸ਼ਦ ਵੇਖ ਨਰਜਾਂ ਲੂਲੂ ਦੇ ਮੁਡ ਲੱਖ ਲੱਖ ਚਸ਼ਮਾ ਹੋਵੇ ਤੇ ਮੈਂ ਕੁ ਖੋਲਾ ਇੱਕ ਕੱਜਾ ਇਤਨਾ ਡਿਠਿਆ ਮੈਨੂੰ ਸਬਰ ਨਾ ਮੈਂ ਹੋਦ ਕੀ ਦੇ ਵੱਲ ਭੱਜਾਂ ਮੁਰਸ਼ਦ ਦਾ ਦੀਦਾਰ ਇਹ ਬਾਹੂ ਮੁਰਸ਼ਦ ਦਾ ਸਤ ਗੁਰੂ ਦਾ ਮੁਰਸ਼ਦ ਦਾ ਦੀਦਾਰ ਇਹ ਬਾਹੂ ਮੈਨੂੰ ਲੱਖ ਕਰੋੜਾਂ ਹਜਾ ਹੂੰ ਮੈਨੂੰ ਲੱਖ ਕਰੋੜਾਂ ਹਜਾ ਮੈਂ ਤੇਰੇ ਕੁਰਬਾਨ ਵੇ ਮੈਂ ਤੇਰੇ ਮੈਂ ਤੇਰੇ ਮੈਂ ਤੇਰੇ ਮੈਂ ਤੇਰੇ ਕੁਰਬਾਨ ਵੇ ਵੇੜਿਆ ਬੜ ਮੇਰੇ ਮੈਂ ਤੇਰੇ ਕੁਬਾਨ ਵੇ ਵੇੜੇ ਆਵੜ ਮੇਰੇ ਵੇੜੇ ਆਵੜ ਮੇਰੇ ਹੋ ਹੋ ਕੀ ਬਾਤ ਹੈ ਭਈਆ ਭਈਆ ਸੱਚੀ કહਾ ਬਹੁਤ ਕਲਾਕਾਰਾਂ ਨੂੰ ਮਿਲਦਾ ਮੈਂ ਅਕਸਰ ਕਾਫੀ ਵੀਡੀਓਜ਼ ਕੀਤੇ ਨਾ ਮੈਂ ਪਿੰਡਾਂ ਦੇ ਵਿੱਚ ਵੀ ਜਾਣਾ ਕਈ ਕਲਾਕਾਰ ਐਸੇ ਨੇ ਜਿਹੜੇ ਗਰੀਬੀ ਦਾਵੇ ਕਰਕੇ ਜਿਹੜੇ ਵਿਚਾਰੇ ਦਵੇ ਰਹਿ ਜਾਂਦੇ ਨੇ ਕਲਾ ਬਹੁਤ ਹੁੰਦੀ ਆ ਮੈਂ ਇੱਕ ਗੱਲ ਕਹਿਣੀ ਚਾਹਨਾ ਜਿੰਨੀਆਂ ਵੀ ਮੇਰੀਆਂ ਇੰਟਰਵਿਊ ਹੋਈਆਂ ਥੋੜਾ ਜਨਾ ਮੇਰੀ ਇੱਕ ਗਲੇ ਦੀ ਪ੍ਰੋਬਲਮ ਹੋ ਗਈ ਸੀਗੀ ਇਫੈਕਸ਼ਨ ਹੋ ਗਈ ਸੀ ਉਹਦੇ ਕਰਕੇ ਹੁਣ ਮੇਰੀ ਦਵਾਈ ਚੱਲਦੀ ਆ ਤੇ ਥੋੜਾ ਗਲਾ ਨਾ ਮੇਰਾ ਥੱਕ ਛੇਤੀ ਜਾਂਦਾ ਪਰ ਮੈਨੂੰ ਇੱਕ ਇੱਕ ਜਿਹੜੀ ਮੇਰੀ ਮੂੰਹ ਆ ਨਾ ਉਹ ਸੁੱਕਣ ਲੱਪਿਆ ਹਾਂ ਉਹ ਇਸ ਕਰਕੇ ਹੁਣ ਮੈਂ ਮੈਡੀਸਨ ਕਰਨ ਹਾਂ ਇਫੈਕਸ਼ਨ ਹੋ ਗਈ ਸੀ ਪਰ ਮੈਂ ਬਾਬਾ ਜੀ ਦਾ ਸ਼ੁਕਰ ਕਰਦਾ ਕਿ ਮੈਂ ਥੋੜਾ ਬਹੁਤਾ ਜਿੰਨਾ ਵੀ ਮੈਂ ਠੀਕ ਹੁਣਾ ਆ ਉਹਨਾਂ ਦੇ ਆਸ਼ੀਰਵਾਦ ਸਦਕਾ ਤੁਹਾਡੇ ਆਸ਼ੀਰਵਾਦ ਸਦਕਾ ਜਿੰਨੇ ਸਾਰੇ ਸਰੋਤੇ ਦੇਖ ਰਹੇ ਉਹਨਾਂ ਦੇ ਆਸ਼ੀਰਵਾਦ ਸਦਕਾ ਔਰ ਅੱਗੇ ਤੋਂ ਅੱਗੇ ਜਿਹੜੀਆਂ ਮੇਰੀਆਂ ਇੰਟਰਵਿਊਆਂ ਹੋਈ ਜਾਂਦੀਆਂ ਇਹਨਾਂ ਦੀ ਬਦੌਲਤ ਹੁੰਦੀਆਂ ਆ ਇਹ ਪਿਆਰ ਦਿੰਦੇ ਆ ਤੁਸੀਂ ਇੰਨਾ ਪਿਆਰ ਦਿੰਨੇ ਹੋ ਮੈਂ ਇਹ ਹੀ ਕਹਿੰਦਾ ਸਾਰਿਆਂ ਨੂੰ ਪਿਆਰ ਕਰੋ ਬਸ ਨਹੀਂ ਪਰ ਫਿਰ ਵੀ ਇੱਕ ਨਾ ਕਹਿੰਦੇ ਜਿਹਨੂੰ ਸਰ ਦੀ ਸਮਝ ਹੋਊਗੀ ਕਿਉਂਕਿ ਸਰੋਤੇ ਬੜੇ ਉਹ ਹੁੰਦੇ ਨੇ ਸਰੋਤਿਆਂ ਨਹੀਂ ਤੁਹਾਨੂੰ ਉਹ ਮਲਕੀ ਪਲਕਾਂ ਤੇ ਬਿਠਾਉਣਾ ਆ ਤੁਹਾਨੂੰ ਤਾਜ ਸਜਾਉਣਾ ਆ ਤੇ ਸਰੋਤੇ ਜਿਹੜੇ ਥੱਲੇ ਲਾਉਂਦੇ ਨੇ ਪਰ ਅੱਜ ਦੇ ਜਿਹੜੇ ਸਾਡੇ ਸਰੋਤੇ ਨੇ ਨਾ ਬੜੇ ਚੰਗੇ ਨੇ ਉਹਨਾਂ ਨੂੰ ਪਤਾ ਆ ਕਿਹੜੀ ਚੀਜ਼ ਨੂੰ ਵਾਇਰਲ ਕਰਨਾ ਹੈ ਕਿਹੜੀ ਦੀ ਨਹੀਂ ਪਰ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਤੁਹਾਡਾ ਜੇ ਗਲਾ ਖਰਾਬ ਹੈ ਤੁਸੀਂ ਤੁਸੀਂ ਦੱਸ ਰਹੇ ਹੋ ਪਰ ਜਿਹਹ ਜੀ ਗਾਇਕੀ ਤੁਸੀਂ ਹੁਣੇ ਕਰਕੇ ਛੱਡਿਓ ਗਾਇਕ ਕਰਿਓ ਮੈਨੂੰ ਲੱਗਦਾ ਸ਼ਾਇਦ ਸਰੋਤੇ ਇਹ ਚੀਜ਼ ਨੂੰ ਤਾਂ ਨਹੀਂ ਕਹਿੰਦੇ ਹੋਣਗੇ ਵੀ ਦੇਖ ਕੇ ਗਾਇਕੀ ਸੁਣ ਕੇ ਤਾਂ ਮੈਨੂੰ ਵੀ ਨਹੀਂ ਫੀਲ ਹੋਇਆ ਕਿ ਸ਼ਾਇਦ ਗਲਾ ਖਰਾਬ ਸੀ ਮੈਂ ਡਰਦਾ ਸੀਗਾ ਕਿਉਂਕਿ ਮੈਨੂੰ ਤਾਂ ਪਤਾ ਨਹੀਂ ਗਲੇ ਨੇ ਸਾਥ ਦੇਣਾ ਕਿ ਨਹੀਂ ਪਰ ਉਹ ਮੇਰੇ ਬਾਪੂ ਦਾ ਮੇਰੇ ਤੇ ਹੱਥ ਵਾ ਹਾਂ ਕਿਉਂਕਿ ਮੈਂ ਕਿਤੇ ਵੀ ਜਾਣਾ ਨਾਮ ਲੈ ਕੇ ਜਾਣਾ ਅੱਛਾ ਇੱਕ ਇੱਕ ਬਾਈ ਜ਼ਰੂਰ ਚੀਜ਼ ਮੈਂ ਪੁੱਛੂੰਗਾ ਜਿਹੜੇ ਨਾ ਸ਼ਗਿਰਦ ਹੁੰਦੇ ਨੇ ਜਿਵੇਂ ਤੁਸੀਂ ਸਾਬਰਕੋਟੀ ਭਾਜੀ ਨੂੰ ਆਪਣਾ ਬਾਬਾ ਮੰਨਿਆ ਹੋਇਆ ਜਿਹੜੇ ਇਹ ਜੇ ਲੋਕ ਹੁੰਦੇ ਨੇ ਜਿਹੜੇ ਕਈ ਰੂਹਾਂ ਇਦਾਂ ਦੀਆਂ ਹੁੰਦੀਆਂ ਨੇ ਮਿਲਦੀਆਂ ਨੇ ਵੀ ਕਹਿੰਦੇ ਨੇ ਯਾਰ ਉਹ ਮੇਰੇ ਵਾਸਤੇ ਮੇਰਾ ਰੱਬ ਹੈ ਇੱਕ ਚੀਜ਼ ਕਹਿੰਦੇ ਨੇ ਮੈਂ ਅਕਸਰ ਸੁਣਿਆ ਕਿ ਯਾਰ ਮੇਰੇ ਨਾ ਸੁਪਨੇ ਦੇ ਵਿੱਚ ਆਉਂਦੇ ਨੇ ਮੇਰੇ ਸੁਪਨੇ ਦੇ ਵਿੱਚ ਜਾਂ ਜਿਵੇਂ ਹੰਸਾ ਜਹੰਸੀ ਆਏ ਸਾਬਰਕੋਟੀ ਜੀ ਆਏ ਸਰਦੂਲ ਭਾਜਾ ਭਾਜੀ ਆਏ ਨੂਸਰਤ ਭਾਜੀ ਆਏ ਕੁਝ ਇਦਾਂ ਦੀਆਂ ਚੀਜ਼ਾਂ ਕਹਿੰਦੇ ਨੇ ਇਹ ਸੱਚ ਹੁੰਦੀਆਂ ਨੇ ਗੱਲਾਂ ਜੀ ਜਿਹੜਾ ਦਿਲੋਂ ਮੁ ਤਾਂ ਉਹ ਗੱਲ ਹੋ ਵੀ ਜਾਂਦੀ ਹੈ ਸੱਚ ਜਿਹਨੂੰ ਆਪਾਂ ਦਿਲੋਂ ਜਾਂ ਆਪਾਂ ਰ ਪੱਥਰ ਦੀ ਪੂਜਾ ਕਰ ਲਈਏ ਪੱਥਰ ਚੋਂ ਵੀ ਰੱਬ ਜਿਹੜਾ ਮਿਲ ਜਾਂਦਾ ਹੈ ਤੇ ਇਸ ਕਰਕੇ ਜਿਹੜੇ ਬੰਦੇ ਜਾਂ ਜਿਹੜੇ ਸਰੋਤੇ ਜਾਂ ਹਨਾ ਲਾਲੋ ਮੁਹੱਬਤ ਕਰਨ ਵਾਲੇ ਆਪਣੇ ਮਰਸ਼ਦ ਨੂੰ ਪਿਆਰ ਕਰਨ ਵਾਲੇ ਤੇ ਉਹ ਵਾਕਿਆ ਉਹ ਚੀਜ਼ ਹੋ ਜਾਂਦੀ ਹੈ ਮੇਰੇ ਨਾਲ ਵੀ ਹੋਈ ਹੈ ਇਹ ਗੱਲ ਇਥੇ ਤੁਹਾਡੇ ਸੁਪਨੇ ਦੇ ਵਿੱਚ ਆਏ ਨੇ ਮੇਰੇ ਨਾਲ ਵੀ ਹੋਈ ਕਸਮ ਨਾਲ ਮੈਂ ਮਹਾਰਾਜ ਦੀ ਕਸਮ ਕਰਕੇ ਕਹਿਣਾ ਹਾਂ ਰੋਂਦਾ ਸੀ ਮੈਂ ਰਾਤ ਨੂੰ ਜਦੋਂ ਇਹਨਾਂ ਦੀ ਇੱਕ ਲਾਈਵ ਦੇਖ ਕੇ ਕਿ ਕਿੱਥੇ ਚਲ ਗਈ ਹੈ ਮੇਰੀ ਸਰਕਾਰ ਹਨਾ ਮੇਰੇ ਦਾਤਾ ਜੀ ਕਿੱਥੇ ਚਲ ਗਏ ਤੇ ਦਿਮਾਗ ਚ ਆਈ ਗੱਲ ਕਿ ਹਨਾ ਹੁਣ ਮੈਂ ਕਿੱਦਾਂ ਹਨਾ ਜਾਨੀ ਇਹ ਇਦਾਂ ਦੀਆਂ ਸਟੇਜਾਂ ਕਿੱਥੇ ਸੁਣਨ ਨੂੰ ਮਿਲੂਗੀਆਂ ਉਸ ਦਿਨ ਹੀ ਰਾਤ ਨੂੰ ਕਸਮ ਦੇ ਨਾਲ ਮੈਂ ਕਹਿ ਰਿਹਾ ਮੇਰੇ ਸੁਪਨੇ ਦੇ ਵਿੱਚ ਉਹ ਸਟੇਜ ਤੇ ਗਾ ਰਹੇ ਆ ਤੇ ਮੇਰੇ ਗੁਰੂ ਜੀ ਨੀਚੇ ਬੈਠੇ ਹੋਰ ਬਾਬਾ ਜੀ ਗਾ ਰਹੇ ਤੇ ਮੈਂ ਗੁਰੂ ਜੀ ਦੇ ਨਾਲ ਬੈਠਾ ਆਪਣੇ ਤੇ ਇਦਾਂ ਸਟੇਜ ਚੱਲ ਰਹੀ ਹੈ ਉਹਨਾਂ ਦੇ ਮੈਂ ਪੈਰਾਂ ਨੂੰ ਹੱਥ ਲਾ ਕੇ ਆ ਸੁਪਨੇ ਦੇ ਵਿੱਚ ਕਸਮ ਦੀ ਗੱਲ ਆ। ਕੀ ਬਾਤ ਹੈ। ਕਸਮ ਦੀ ਗੱਲ ਆ। ਮੈਂ ਝੂਠ ਨਹੀਂ ਮਾਰਦਾ ਕਿਉਂਕਿ ਮੈਂ ਉਹਨਾਂ ਨੂੰ ਰੱਬ ਮੰਨਦਾ। ਉਹਨਾਂ ਦੀ ਮੈਨੂੰ ਕਸਮ ਲੱਗੇ ਮੈਂ ਰੱਬ ਉਹਨਾਂ ਦੇ ਵਿੱਚੋਂ ਪਾ ਲਿਆ। ਕੀ ਬਾਤ ਹੈ। ਹਾਂ ਜੀ ਕਿਉਂਕਿ ਨਹੀਂ ਮਿਲਦੀ ਇਹ ਚੀਜ਼ ਮੈਂ ਅਕਸਰ ਸੁਣੀ ਸੀ ਕਾਫੀ ਲੋਕਾਂ ਨੂੰ ਨਹੀਂ ਕੁਝ ਲੋਕ ਸੋਚਦੇ ਹੋਣੇ ਕਿ ਸ਼ਾਇਦ ਉਹਨਾਂ ਦਾ ਨਾਮ ਲੈ ਕੇ ਹਿੱਟ ਹੋ ਰਿਹਾ ਹੈ, ਵਾਇਰਲ ਹੋ ਰਿਹਾ ਹੈ। ਐਦਾਂ ਦਾ ਕੁਝ ਨਹੀਂ ਹੈ। ਇਹ ਦਿਲ ਦੀ ਮੁਹੱਬਤ ਆ, ਦਿਲ ਦਾ ਪਿਆਰ ਆ। ਇਹ ਥੋੜੇ ਮੇਰੇ ਵਰਗੇ ਨਹੀਂ ਕਹਿ ਸਕਦੇ ਕਿ ਤੁਹਾਨੂੰ ਤੁਸੀਂ ਕਿੰਨੀ ਮੁਹੱਬਤ ਕਰਦੇ ਹੋ ਕਿਉਂਕਿ ਇਹ ਤਾਂ ਉਹ ਸ਼ਖਸ ਨੂੰ ਹੀ ਪਤਾ ਹੁੰਦਾ ਜਿਹੜਾ ਅੰਦਰੋਂ ਮੁਹੱਬਤ ਕਰਦਾ ਰੱਬ ਮੰਨਦੇ ਆ ਉਹਨਾਂ ਨੂੰ ਵੀ ਉਹਨਾਂ ਨੂੰ ਵੀ ਬੜੀ ਮੁਹੱਬਤ ਆ ਉਹਨਾਂ ਦੇ ਨਾਲ ਉਹ ਵੀ ਰੱਬ ਮੰਨਦੇ ਆ ਉਹ ਵੀ ਉਹਨਾਂ ਨੂੰ ਉਹਨਾਂ ਦੀ ਯਾਦ ਚ ਬਹੁਤ ਰੋਂਦੇ ਮੈਂ ਵੀ ਰੋਣਾ ਹੈ ਨਾ ਤੇ ਇਹ ਇੱਕ ਹਨਾ ਲਗਨ ਹੁੰਦੀ ਹੈ ਹੁਣ ਆਪਾਂ ਕਿਸੇ ਗੁਰੂ ਪੀਰ ਨੂੰ ਮੰਨਦੇ ਆ ਉਹ ਵੀ ਆਪਣੀ ਲਗਨ ਹੁੰਦੀ ਹੈ ਜੇ ਹੁਣ ਇਹ ਤਾਂ ਆਪਣਾ ਦਿਲ ਜਿੱਦਨੂ ਚਾਹਣਾ ਕਿ ਸਾਡਾ ਰੱਬ ਵਾ ਸੀ ਉਹਨੂੰ ਮੰਨ ਲੈਣਾ ਹੈ ਜੀ ਨਾਲ ਲੱਗਿਆ ਲੱਗ ਗਈ ਹਾਂ ਅੱਛਾ ਇੱਕ ਬਾਈ ਚੀਜ਼ ਮੈਂ ਤੁਹਾਨੂੰ ਜ਼ਰੂਰ ਪੁੱਛੂੰਗਾ ਇੱਕ ਪਲ ਮੰਨ ਲਓ ਕਿ ਤੁਹਾਡੇ ਸੁਪਨੇ ਦੇ ਵਿੱਚ ਸਬਰ ਕੋਟੀ ਭਾਜੀ ਫੇਰ ਆਉਂਦੇ ਨੇ ਤੁਹਾਡੇ ਸੁਪਨੇ ਦੇ ਵਿੱਚ ਆਏ ਤੇ ਤੁਹਾਨੂੰ ਇੱਕ ਗਾਣਾ ਗਾਉਣ ਨੂੰ ਕਹਿੰਦੇ ਨੇ ਕਿ ਭਾਈ ਕਲਿਆਣ ਯਾਰ ਆਹ ਗਾਣਾ ਸੁਣਾ ਦੇ ਤੇ ਕਿਹੜਾ ਗਾਣਾ ਤੁਸੀਂ ਸੱਚਮੁੱਚ ਦੇ ਵਿੱਚ ਗਾਉਣਾ ਪਸੰਦ ਕਰੋਗੇ ਮੈਂ ਚਾਹਣਾ ਵੀ ਜੇ ਮੰਨ ਲਓ ਸਬਰ ਭਾਜੀ ਸਾਹਮਣੇ ਬੈਠੇ ਨੇ ਤੁਸੀਂ ਤੁਹਾਡੇ ਇੱਕ ਬਾਲ ਮੰਨ ਲਓ ਕਿ ਸਾਹਮਣੇ ਬੈਠੇ ਨੇ ਤੁਹਾਨੂੰ ਕਹਿ ਰਹੇ ਨੇ ਕਿ ਮੈਨੂੰ ਕਲਿਆਣ ਕੋਈ ਗਾਣਾ ਸੁਣਾ ਤਾਂ ਕਿਹੜਾ ਸੁਣਾਉਂਗੇ ਮੈਂ ਕੋਸ਼ਿਸ਼ ਕਰਦਾ ਹਾਂ ਜਿਹੜਾ ਜੇ ਉਹ ਆਏ ਤਾਂ ਬਟ ਆਈ ਐਮ ਨੂੰ ਇਦਾਂ ਜੇ ਮੌਕਾ ਮਿਲਿਆ ਤਾਂ ਮੈਂ ਉਹ ਗਾਣਾ ਮੈਂ ਪੇਸ਼ ਕਰਦਾ ਹੂੰ ਜੇ ਲਈ ਤੇ ਸੋ ਦੇ ਨੜ ਲਈ ਰੱਖੀ ਸੋਹਣਿਆ ਚੰਗੀਆਂ ਜਾ ਮੰਦੀਆਂ ਨਿਭਾਈ ਰੱਖੀ ਸੋਹਣਿਆ ਨਿਭਾਈ ਰੱਖੀ ਸੋਹਣਿਆ ਜੇ ਲਈ ਤੇ ਸੋ ਦੇ ਨਾਲ ਲਈ ਰੱਖੀ ਸੋਹਣਿਆ ਹਲਾਈ ਰੱਖੀ ਇਹ ਸੋਹਣਿਆ ਇਹ ਗਾਣਾ ਮੈਂ ਗਾਉਣ ਦੀ ਕੋਸ਼ਿਸ਼ ਕਰਾਂਗਾ ਹਾਂ ਹਾਂਜੀ ਬਟ ਹੌਸਲਾ ਨਹੀਂ ਪੈਣਾ ਫਿਰ ਵੀ ਸੁਪਨੇ ਵਿੱਚ ਵੀ ਨਹੀਂ ਹੌਸਲਾ ਪੈਣਾ ਸੁਪਨੇ ਵਿੱਚ ਮੈਨੂੰ ਮਾਂ ਹੀ ਮਿਲਿਆ ਤੇ ਮੈਂ ਗੱਲ ਪਾ ਲਈ ਆ ਬਾਵਾ ਡਰ ਦੀ ਮਾਰੀ ਅੱਖ ਨਾ ਖੋਲਾਂ ਕਿਤੇ ਫੇਰ ਵਿਛੜ ਨਾ ਜਾਵਾਂ। ਹਾਂ ਕੀ ਬਾਤ ਹੈ ਕੀ ਬਾਤ। ਅੱਛਾ ਭਾਈ ਜਿਵੇਂ ਹੁਣ ਤੁਸੀਂ ਕੈਬ ਚਲਾਉਨੇ ਹੋ ਤੁਸੀਂ ਟੈਕਸੀ ਦਾ ਕੰਮ ਕਰਦੇ ਹੋ। ਤੁਹਾਡੇ ਸਾਥੀ ਮਿੱਤਰ ਵੀ ਹੋਣਗੇ ਕਈ ਫਰੈਂਡ ਸਰਕਲ। ਉਹ ਤੁਹਾਡੇ ਤੋਂ ਸੁਣਦੇ ਨੇ ਗਾਣੇ ਕਹਿੰਦੇ ਹੋਣਗੇ ਵੀ ਯਾਰ ਹੁਣ ਥੋੜਾ ਜਿਹਾ ਬੋਰ ਹੋ ਜਾਂਦੇ ਆ ਜ਼ਿੰਦਗੀ ਤੋਂ ਤੰਗ ਆ ਕਹਿੰਦੇ ਵੀ ਕਹਿੰਦੇ ਹੋਣਗੇ ਕੱਲ੍ਹ ਨੂੰ ਕੋਈ ਗਾਣਾ ਸੁਣਾ ਦੇ। ਜੀ ਮੇਰੇ ਫਰੈਂਡ ਆ ਕਾਫੀ ਬਾਹਰ ਆ ਬਾਹਰ ਵੀ ਨੇ ਇੱਥੇ ਵੀ ਨੇ ਇੰਡੀਆ 'ਚ। ਹਾਂ। ਸਕੂਲ ਟਾਈਮ ਦੇ ਵੀ ਆ ਅੱਛਾ ਤੇ ਬੜੀ ਮੁਹੱਬਤ ਕਰਦੇ ਆ ਤਾਂ ਮੇਰੇ ਮਨ ਨੂੰ ਬੜਾ ਸਕੂਨ ਮਿਲਦਾ ਇੰਨਾ ਪਿਆਰ ਕਰਦੇ ਆ ਫਿਰ ਵੀ ਮੈਂ ਕੋਈ ਐਡਾ ਵੱਡਾ ਸਿੰਗਰ ਨਹੀਂ ਆ ਕੇ ਹਨਾ ਅੱਜ ਕੱਲ ਦੇ ਕਈ ਕਹਿੰਦੇ ਨੇ ਨਹੀਂ ਨਹੀਂ ਕਈ ਤਾਂ ਫੋਟੋ ਕਰਾਨ ਨਹੀਂ ਦਿੰਦੇ ਉਹ ਤਾਂ ਬੌਂਸਰ ਰੱਖੇ ਆ ਨਾਲ ਬਸ ਬੌਂਸਰ ਰੱਖ ਲੈਂਦੇ ਆ ਵੇ ਕੋਈ ਲੱਗੇ ਨਾ ਲੱਗੇ ਵੀ ਤੁਸੀਂ ਤੁਸੀਂ ਇਹ ਸੋਚੋ ਕਿ ਅੱਜ ਉਹਨਾਂ ਕਰਕੇ ਆ ਹਨਾ ਉਹਨਾਂ ਕਰਕੇ ਆ ਤੁਸੀਂ ਉਹਨਾਂ ਨੂੰ ਲਾਗੇ ਨਹੀਂ ਲੱਗਣ ਦਿੰਦੇ ਕੀ ਹੋ ਜਾਊਗਾ ਫੋਟੋਆਂ ਕਰਾ ਕੇ ਤੁਹਾਡੀ ਬੱਲੇ ਬੱਲੇ ਆ ਸਾਡੀਆਂ ਫੇਸਬੁੱਕ ਤੇ ਫੋਟੋਆਂ ਪੈਣੀਆਂ ਆ ਤਾਂ ਤੁਸੀਂ ਫੋਟੋ ਨਹੀਂ ਕਰਾਣ ਦਿੰਦੇ ਉਹਦੇ ਵਿੱਚ ਨਾ ਉਹਨਾਂ ਦੇ ਫੈਨ ਦਾ ਉਹਨਾਂ ਦੇ ਚਾਹਣ ਵਾਲੇ ਦਾ ਦਿਲ ਟੁੱਟ ਜਾਂਦਾ ਹੈ ਜਦੋਂ ਇਦਾਂ ਕਰਦੇ ਹੈ ਨਾ ਮੈਂ ਕਈ ਵੀਡੀਓ ਵੀ ਦੇਖਿਆ ਨੇ ਹਾਂਜੀ ਤੇ ਇਸ ਕਰਕੇ ਮੇਰੇ ਜਿਹੜੇ ਫਰੈਂਡ ਆ ਬੜਾ ਪਿਆਰ ਕਰਦੇ ਆ ਤਾਂ ਮੈਂ ਉਹਨਾਂ ਨੂੰ ਇੱਕ ਬੋਲ ਤੇ ਮੈਂ ਉਹਨਾਂ ਨੂੰ ਜਿਹੜਾ ਵੀ ਗਾਣਾ ਕਹਿੰਦੇ ਆ ਮੈਂ ਸੁਣਾ ਦੇ ਦਿੰਦਾ ਜੀ ਕੀ ਬਾਤ ਹੈ ਮੈਨੇ ਮੇਰੇ ਫੋਨ 'ਚ ਅੱਜ ਵੀ ਰਿਕਾਰਡਿੰਗ ਆਇਆ ਕੋਈ ਕਹਿੰਦਾ ਆ ਗਾਣਾ गा ਕੇ ਭੇਜੋ ਆ ਗਾਣਾ गा ਕੇ ਭੇਜੋ ਤਾਂ ਮੈਂ WhatsApp ਨੋਟਸ ਜਿਹੜਾ ਮੈਂ ਭੇਜ ਦਿੰਦਾ ਹਾਂ ਮੈਂ ਗਾ ਕੇ ਹਾਂਜੀ ਅੱਛਾ ਮੈਂ ਦਰਸ਼ਕਾਂ ਨੂੰ ਵੀ ਦੱਸ ਦਵਾਂ ਕਿ ਬਾਈ ਜੀ ਥੋੜੇ ਹੈਂਡੀਕੈਪ ਨੇ ਪੈਰ ਤੋਂ ਵੈਸੇ ਪਰ ਇੱਕ ਜਜ਼ਬਾ ਬਾਈ ਦਾ ਬਹੁਤ ਵੱਡਾ ਹੈ ਯਾਰ ਸਾਬਰ ਭਾਜੀ ਨੂੰ ਆਪਣਾ ਬਾਬਾ ਮੰਨੀ ਬੈਠੇ ਨੇ ਉਹਨਾਂ ਦੀ ਗਾਇਕੀ ਕਰਦੇ ਨੇ ਕਿਉਂਕਿ ਕਲਾਕਾਰ ਯਾਰ ਮੈਂ ਜਿੰਨੇ ਯੂਥ ਨੂੰ ਮਿਲਿਆ ਨਾ ਅੱਜਕੱਲ੍ਹ ਬਿਸ਼ੱਕ ਕਹਿ ਦਿੰਦੇ ਨੇ ਕਿ ਪੁਰਾਣੇ ਕਲਾਕਾਰ ਪੁਰਾਣੇ ਕਲਾਕਾਰ ਸੀਗੇ ਇਹ ਗੱਲ ਸੱਚ ਹੈ ਕਿ ਜਨਾਬ ਸਰਦੂਲ ਸਿਕੰਦਰ ਜੀ ਕੀ ਬਾਕੀ ਜਨਾਬ ਸਾਬਰ ਕੋਟੀ ਜੀ ਇਹ ਉਹ ਕਲਾਕਾਰ ਹੋਏ ਨੇ ਜਿਨ੍ਹਾਂ ਦੇ ਗਾਣੇ ਗਾ ਕੇ ਕਈ ਅੱਜ ਦੇ ਕਲਾਕਾਰ ਕਲਾਕਾਰ ਬਣੇ ਨੇ ਇਸ ਇੰਡਸਟਰੀ ਦੇ ਵਿੱਚ ਜੇ ਕੋਈ ਅੱਜ ਜਿਨ੍ਹਾਂ ਦੇ ਵੱਡੇ ਵੱਡੇ ਫੈਨਸ ਨੇ ਜਾਂ ਸੋਸ਼ਲ ਮੀਡੀਆ ਤੇ 5 ਲੱਖ 6 ਲੱਖ ਜਾਂ ਮਿਲੀਅਨ 2 ਮਿਲੀਅਨ ਜਿਨ੍ਹਾਂ ਦੇ ਫਾਲੋਅਰ ਨੇ ਨਾ ਤੇ ਉਹ ਜਿਹਨੂੰ ਫਾਲੋ ਕਰਦੇ ਸੀ ਉਹ ਅੱਜ ਕਿਤੇ ਨਾ ਕਿਤੇ ਬਿਸ਼ੱਕ ਸਾਡੇ ਵਿੱਚ ਨਹੀਂ ਪਰ ਉਹਨਾਂ ਦੇ ਗਾਣੇ ਅੱਜ ਵੀ ਲੋਕਾਂ ਦੀ ਜ਼ੁਬਾਨਾਂ ਤੇ ਨੇ ਅੱਛਾ ਭਾਈ ਬਹੁਤ ਚੰਗਾ ਗਾ ਲੈਨੇ ਹੋ ਵੈਸੇ ਕਿਉਂਕਿ ਮੈਂ ਜਦ ਸੁਣਿਆ ਤੁਹਾਨੂੰ ਥੋੜੀ ਆਵਾਜ਼ ਸੁਣ ਰਿਹਾ ਸੀ ਪਤਾ ਨਹੀਂ ਲੱਗ ਰਿਹਾ ਵੀ ਗਲੇ ਦੇ ਵਿੱਚ ਸ਼ਾਇਦ ਕੋਈ ਕਮੀ ਹੋਵੇ ਪਰ ਪਰ ਇੱਕ ਚੀਜ਼ ਮੈਂ ਤੁਹਾਨੂੰ ਜ਼ਰੂਰ ਪੁੱਛਣਾ ਚਾਹੂੰਗਾ ਵੀ ਕੀ ਲੱਗਦਾ ਹੈ ਅੱਜ ਦੀ ਇੰਡਸਟਰੀ ਦੇ ਵਿੱਚ ਚੱਲਣ ਵਾਸਤੇ ਇਹੋ ਜਿਹੇ ਗਾਣੇ ਆ ਰਹੇ ਨੇ ਯਾਨੀ ਕਿ ਲੋਕ ਜੇ ਮੰਨ ਲਓ ਤੁਸੀਂ ਗਾਣਾ ਕਰਦੇ ਹੋ ਕੋਈ ਸੈਡ ਗਾਣਾ ਕਰਦੇ ਹੋ ਅੱਜ ਦੌਰ ਨਹੀਂ ਆ ਪਰ ਉਹ ਦੌਰ ਲਿਆ ਸਕਦਾ ਕੋਈ ਕਲਾਕਾਰ ਵਾਪਸ ਸੈਡ ਵਾਲਾ ਅ ਐਸੇ ਦੌਰ ਜਿਹੜਾ ਗੱਲ ਕਰੀਏ 우ਸਤਾਦ ਜਨਾਬ ਮਾਸਟਰ ਸਲੀਮ ਜੀ ਹਨਾ ਜਿਹੜੇ ਅੱਛੇ ਅੱਛੇ ਗਬਈਏ ਆ ਮਾਸ਼ਾ ਅੱਲੀ ਭਾਜੀ ਸੰਗਰਾਮ ਭਾਜੀ ਕਮਲ ਖਾਨ ਜੀ ਖਾਨ ਖਾਨ ਸਾਹਿਬ ਇਹਨਾਂ ਨੇ ਉਹ ਦੌਰ ਫੜਿਆ ਹੋਇਆ ਆਪਣਾ ਉਹ ਸਾਂਭਿਆ ਹੋਇਆ ਹੈ ਬਰਕਰਾਰ ਕੀਤਾ ਹੈ ਹਾਂ ਜੇ ਹੁਣ ਮੰਨ ਲਓ ਮੈਂ ਆਪਣੀ ਗੱਲ ਕਰਾਂ ਮੈਂ ਵੀ ਕੋਸ਼ਿਸ਼ ਕਰਦਾ ਹਾਂ ਬਟ ਜਦੋਂ ਕਿਤੇ ਨਵੇਂ 뮤직 ਟ੍ਰੈਕਟਰ ਕੋਲ ਜਾਈਦਾ ਹੈ ਨਾ ਤੇ ਜਾਂ ਸੁਣਾਈਦਾ ਕਿਸੇ ਨੂੰ ਵਿਆਹ ਪਾਜੀ ਗਾਣਾ ਆਪਾਂ ਕਰਨਾ ਉਹ ਕਹਿੰਦੇ ਯਾਰ ਛੱਡੋ ਯਾਰ ਇਦਾਂ ਦੇ ਗਾਣੇ ਹੁਣ ਕਿੱਥੇ ਇਹਨਾਂ ਦਾ ਸਮਾਂ ਨਹੀਂ ਰਹਿ ਗਿਆ ਕੁਛ ਅੱਜ ਕੱਲ ਦਾ ਕਰੋ ਹੁਣ ਅਸੀਂ ਕਿਦਾਂ ਕਰਦੀ ਅੱਜ ਕੱਲ ਦਾ ਸਾਡੇ ਪਿੱਛੇ ਜਿਹੜੀ ਏਡੀ ਵੱਡੀ ਮੋਹਰ ਆ ਅਸੀਂ ਲੋਕਾਂ ਤੋਂ ਗਾਲ੍ਹਾਂ ਥੋੜੋ ਖਾਣੀ ਆ ਔਰ ਜੁੱਤੀਆਂ ਥੋੜੋ ਖਾਣੀ ਆ ਉਸਤਾਦ ਉਹਨਾਂ ਦੀਆਂ ਹੈਨਾ ਤੇ ਉਹਨਾਂ ਨੇ ਕਹਿਣਾ ਵੀ ਸਾਡੇ ਗੁਰੂ ਨੇ ਤਾਂ ਇਦਾਂ ਦਾ ਕਦੀ ਗਾਣਾ ਬਜਾਣਾ ਗਾਇਆ ਨਹੀਂ ਤੂੰ ਕਿਧਰੋਂ ਉੱਠ ਗਿਆ ਹੈਨਾ ਤੇ ਇਸ ਕਰਕੇ ਕੋਸ਼ਿਸ਼ ਆ ਕਿ ਅਸੀਂ ਹਮੇਸ਼ਾ ਇਸੇ ਹੀ ਰਾਸਤੇ ਤੇ ਚੱਲਦੇ ਰਵਾਂਗੇ ਹੌਲੀ ਹੌਲੀ ਜਿਹੜਾ ਸਾਫ ਸੁਥਰਾ ਗੱਲ ਕਰੀਏ ਤੇ ਸਾਫ ਸੁਥਰਾ ਅਸੀਂ ਗਾਣਾ ਲੈ ਕੇ ਦਿੰਦੇ ਰਵਾਂਗੇ ਹੁਣ ਜਾਂਦੇ ਜਾਂਦੇ ਮੈਂ ਦਰਸ਼ਕਾਂ ਤੋਂ ਵੀ ਇਜਾਜ਼ਤ ਲਵਾਂਗਾ ਪਰ ਆਖਰੀ ਗਾਣਾ ਤੁਹਾਡੇ ਤੋਂ ਮੈਂ ਜ਼ਰੂਰ ਸੁਣਨਾ ਚਾਹੂੰਗਾ ਉਸਤਾਦ ਜਨਾਬ ਸਰਦੂਲ ਸਿਕੰਦਰ ਸਾਹਿਬ ਦਾ ਸੁਣਾ ਸਕਦਾ ਠੀਕ ਹੈ ਜੀ ਅੰਬਰਾ ਤੇ ਚਾੜੀ ਸਾਡੀ ਹੱਥੀ ਡੋਰ ਛੱਡੇਗਾ ਪਤਨੀ ਸੀ ਸਾਡੇ ਨਾਲ ਇੰਜ ਵੇੜ ਕੱਢੇਗਾ ਤੇਰੇ ਨਾਲ ਵੰਦ ਸਾਨੂੰ ਕੋਈ ਵੀ ਕਰੀਬ ਨਹੀਂ ਸੀ ਤੇਰੇ ਕੋਲੋ ਯਾਰਾ ਸਾਨੂੰ ਐਹੋ ਜਿਹੀ ਉਮੀਦ ਨਹੀਂ ਸੀ ਤੇਰੇ ਕੋਲੋ ਯਾਰਾ ਸਾਨੂੰ ਐਹੋ ਜਿਹੀ ਉਮੀਦ ਨਹੀਂ ਸੀ ਤੇਰੇ ਪਿੱਛੇ ਡਾਡੇ ਓਏ ਗਲੀਆਂ ਚੁਰਲੇ ਸੀ ਦੱਸ ਅਸੀਂ ਕਿਹੜੀ ਤੱਕੜੀ ਚ ਘਟ ਤੁਲੇ ਸੀ ਤੇਰੇ ਪਿੱਛੇ ਡੋਡੇ ਓਏ ਗਲੀਆਂ ਚੁਰਲੇ ਸੀ ਦਸ ਅਸੀਂ ਕਿਹੜੀ ਤਕੜੀ ਚ ਘੱਟ ਤੁਲੇ ਸੀ ਮੰਨਿਆ ਕੇ ਸਾਡੇ ਕੋਲ ਮੰਨਿਆ ਕੇ ਸਾਡੇ ਕੋਣ ਉਹ ਮੰਨਿਆ ਕਿ ਸਾਡੇ ਕੋਲ ਕੋਈ ਵੀ ਰਸੀਦ ਨਹੀਂ ਸੀ ਤੇਰੇ ਕੋਲ ਯਾਰ ਸਾਨੂੰ ਇਹੋ ਜੀ ਉਮੀਦ ਨਹੀਂ ਸੀ ਤੇਰੇ ਕੋਲ ਯਾਰ ਸਾਨੂੰ ਇਹੋ ਜੀ ਉਮੀਦ ਨਹੀਂ ਸੀ ਕੀ ਬਾਤ ਹੈ ਭਾਈ ਬਹੁਤ ਚੰਗਾ ਲੱਗਾ ਯਾਰ ਮਿਲ ਕੇ ਉਮੀਦ ਕਰਦਾ ਜਿਹੜੇ ਸਰੋਤੇ ਦੇਖ ਰਹੇ ਹੋਣਗੇ ਉਹਨਾਂ ਨੂੰ ਵੀ ਆਵਾਜ਼ ਚੰਗੀ ਲੱਗੀ ਹੋਊਗੀ ਤੁਸੀਂ ਦੇਖੋ ਕਿੱਡਾ ਵੱਡਾ ਸੰਘਰਸ਼ ਕਰ ਰਿਹਾ ਹੈ ਬਾਈ ਘਰੋਂ ਦੂਰ ਹੈ ਘਰ ਜਲੰਧਰ ਦੇ ਕੋਲ ਬਾਈ ਪਿੰਡ ਕਿਹੜਾ ਆਪਣਾ ਆਪਰਾ 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 ਪਿੰਡ ਜਲੰਧਰ ਦੇ ਕੋਲ ਹੈ ਜਲੰਧਰ ਕੋਲੇ ਪਿੰਡ ਪੈਂਦਾ ਤੇ ਇੱਥੇ ਬਾਈ ਐਜ਼ ਅ ਡਰਾਈਵਰ ਜੌਬ ਕਰਦਾ ਆ ਪਰ ਤੁਸੀਂ ਗਲਾ ਦੇਖੋ ਬਾਈ ਦਾ ਕਿੱਡਾ ਚੰਗਾ ਯਾਰ ਕਿੰਨਾ ਖੁੱਲਿਆ ਹੋਇਆ ਗਲਾ ਕਿੰਨੀ ਸੁਰੀਲੀ ਆਵਾਜ਼ ਹੈ ਬਾਈ ਦਰਸ਼ਕ ਨੇ ਕਈ ਕੰਟੈਕਟ ਕਰਦੇ ਨੇ ਬਾਅਦ ਦੇ ਵਿੱਚ ਗੱਲਬਾਤ ਵੀ ਕਰਨੀ ਚਾਹੁੰਦੇ ਹੋਣਗੇ ਤੁਹਾਡੇ ਨਾਲ ਸ਼ਾਇਦ ਵੀ ਕਈਆਂ ਨੂੰ ਚੰਗਾ ਲੱਗਦਾ ਸਕੂਨ ਮਿਲਦਾ ਜਾਂ ਕੋਈ ਫੈਨ ਵੀ ਹੋ ਸਕਦੇ ਨੇ ਬਾਹਰ ਬੈਠੇ ਜਿਹੜੇ ਸਾਬਰ ਭਾਈ ਨੂੰ ਸੁਣਦੇ ਹੋਣਗੇ ਅੱਜ ਵੀ ਤੁਹਾਡੇ ਨਾਲ ਰਾਬਤਾ ਕਰਨਾ ਚਾਹੁੰਦੇ ਨੇ ਗੱਲਬਾਤ ਕਰਨਾ ਚਾਹੁੰਦੇ ਨੇ ਆਪਣਾ ਨੰਬਰ ਜ਼ਰੂਰ ਦੱਸ ਦਿਓ ਜਰੂਰ ਮੇਰਾ ਨੰਬਰ ਆ ਜੀ 9915176863 996547863 ਜੀ ਜੀ ਮੈਂ ਬੱਦ ਤੋਂ ਬੱਦ ਪਿਆਰ ਕਰੂੰਗਾ ਉਹਨਾਂ ਨੂੰ ਜਿਹੜੇ ਫੋਨ ਹਾਂਜੀ ਜਿਹੜੇ ਫੋਨ ਕਰੋ ਤੁਸੀਂ ਇਸ ਨੰਬਰ ਤੇ ਕੰਟੈਕਟ ਕਰਕੇ ਤੁਹਾਡੇ ਟੀਵੀ ਸਕਰੀਨਸ ਤੇ ਨੰਬਰ ਆ ਗਿਆ ਹੋਊਗਾ ਤੁਸੀਂ ਇਸ ਨੰਬਰ ਤੇ ਕੰਟੈਕਟ ਕਰਕੇ ਬਾਈ ਨਾਲ ਵੀ ਗੱਲਬਾਤ ਕਰ ਸਕਦੇ ਹੋ ਤੁਸੀਂ ਸੰਘਰਸ਼ ਵੇਖੋ ਯਾਰ ਅੱਜ ਵੀ ਲੋਕ ਨੇ ਅੱਜ ਵੀ ਯੂਥ ਹੈਗਾ ਯਾਰ ਵੀ ਜਿਹੜਾ ਅਸਲ ਦੇ ਵਿੱਚ ਗਾਇਕੀ ਨੂੰ ਗਾਇਕੀ ਦੇ ਵਜੋਂ ਲੈਂਦਾ ਕਿਉਂਕਿ ਅੱਜ ਕੱਲ ਜਿਹੜਾ ਦੌਰ ਚੱਲ ਰਿਹਾ ਆ ਉਹ ਕੁਝ ਹੋਰ ਹੈ 노 ਡਾਊਟ ਦੌਰ ਜਿਹੜਾ ਆ ਅੱਜ ਦਾ ਵੀ ਚੰਗਾ ਆ ਪਰ ਜਿਹੜਾ ਉਹ ਦੌਰ ਸੀ ਨਾ ਉਹਨੂੰ ਲੋਕ ਤਾਂ ਅੱਜ ਵੀ ਚਾਹੁੰਦੇ ਨੇ ਅੱਜ ਵੀ ਯਾਦ ਕਰਦੇ ਨੇ ਕਿ ਯਾਰ ਨਹੀਂ ਜੇ ਗਾਣੇ ਸੀ ਤਾਂ ਪੁਰਾਣੇ ਗਾਣੇ ਸੀ ਚਾਹੇ ਬਾਲੀਵੁੱਡ ਦੇ ਨੇ ਚਾਹੇ ਪਾਲੀਵੁੱਡ ਦੇ ਨੇ ਗਾਣਾ ਕੋਈ ਛੋਟਾ ਵੱਡਾ ਨਹੀਂ ਹੁੰਦਾ ਉਮੀਦ ਕਰਦੇ ਆ ਵੀਡੀਓ ਚੰਗੀ ਲੱਗੀ ਹੋਊਗੀ ਇੰਟਰਵਿਊ ਚੰਗੀ ਲੱਗੀ ਹੋਊਗੀ بڑے ਕਲਾਕਾਰਾਂ ਨੂੰ ਮਿਲਦੇ ਆਂ بڑے ਫਨਕਾਰਾਂ ਨੂੰ ਮਿਲਦੇ ਆਂ ਕਈ ਆਵਾਜ਼ਾਂ ਇਹ ਜਿਹੀਆਂ ਹੁੰਦੀਆਂ ਨੇ ਸੋਸ਼ਲ ਮੀਡੀਆ ਤੇ ਇੰਨੀ ਕੁ ਪਾਵਰ ਹੈ ਕਿ ਕਈ ਆਵਾਜ਼ਾਂ ਨੂੰ ਇੰਨਾ ਕੁ ਹਿੱਟ ਕਰ ਦਿੰਦੇ ਨੇ ਕਿ ਬੰਦਾ ਕਲਾਕਾਰ ਬਣ ਜਾਂਦਾ ਹੈ ਸਰੋਤੇ ਸਾਡੇ ਸਰੋਤਿਆਂ ਤੇ ਸਾਨੂੰ ਪੂਰਾ ਮਾਣ ਹੈ ਕਿ ਸਰੋਤੇ ਸਾਡੇ ਉਹਨਾਂ ਚੀਜ਼ਾਂ ਨੂੰ ਹੀ ਹਿੱਟ ਕਰਦੇ ਨੇ ਜਿਹੜੇ ਅਸਲ ਵਿੱਚ ਕਹਿ ਸਕਦਾ ਹਾਂ ਵੀ ਹਿੱਟ ਹੋਣ ਦੇ ਲਾਇਕ ਹੁੰਦੇ ਨੇ ਉਮੀਦ ਕਰਦਾ ਬਾਈ ਕਲਿਆਣ ਦੀ ਆਵਾਜ਼ ਜਿਹੜੀ ਹੈ ਤੁਹਾਨੂੰ ਚੰਗੀ ਲੱਗੀ ਹੋਵੇਗੀ ਕਿਉਂਕਿ ਦਿਲ ਤੋਂ ਗਾਉਂਦੇ ਨੇ ਤੇ ਤਾਂ ਹੀ ਸ਼ਾਇਦ ਜਿਹੜੀ ਹੈ ਆਵਾਜ਼ ਵੀ ਦਿਲ ਤੇ ਲੱਗਦੀ ਹੈ ਉਮੀਦ ਕਰਦੇ ਹਾਂ ਵੀਡੀਓ ਨੂੰ ਵੱਤ ਵਤ ਸ਼ੇਅਰ ਕਰੋਗੇ ਹੋਰ ਇਹ ਜੀਆਂ ਸੁਰੀਲੀਆਂ ਆਵਾਜ਼ਾਂ ਜਿਹੜੀਆਂ ਲੁਕੀਆਂ ਹੋਈਆਂ ਨੇ ਉਹਨਾਂ ਨੂੰ ਸਮੇਂ-ਸਮੇਂ ਸਿਰ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ ਅੱਗੇ ਲਿਆਉਂਦੇ ਰਹਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਗੁਰਪ੍ਰੀਤ ਸਿੰਘ ਬਲਨੂ ਦੀ ਇਜਾਜ਼ਤ ਤੇ ਵੇਖਦੇ ਰਹੋ ਪੰਜਾਬ ਨਿਊਜ਼ ਧੰਨਵਾਦ